ਕਲਮ ਵੀ ਅਜਿਹੇ ਇਨਸਾਨ ਲਈ ਇੱਕ ਲੈਜੈਂਡ ਲਈ ਚੁੱਕੀ ਹੈ हाँ ਜਿਹਦੇ ਲਈ ਮੈਂ ਨਹੀਂ ਚਾਹੁੰਦਾ ਵੀ ਹਾਂ ਮੈਨੂੰ ਕੋਈ ਦੱਸਣ ਦੀ ਲੋੜ ਹੈ। ਹਰ ਕਿਸੇ ਨੂੰ ਉਹਨਾਂ ਦਾ ਪਤਾ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਅਸੀਂ ਦੇਖਦੇ ਹਾਂ, ਦੇਖਣ ਵਾਲਾ ਵੀ ਚਲਾ ਜਾਂਦਾ ਹੈ, ਲਿਖਣ ਵਾਲਾ ਵੀ ਚਲਾ ਜਾਂਦਾ ਹੈ, ਸੁਣਨ ਵਾਲਾ ਵੀ ਚਲਾ ਜਾਂਦਾ ਹੈ ਤੇ ਪੜ੍ਹਨ ਵਾਲਾ ਵੀ ਚਲਾ ਜਾਂਦਾ ਹੈ। ਜੇ ਹਾਂਜੀ ਆਪਣੇ ਕੋਲ ਬਚਦੀ ਹੈ ਤਾਂ ਉਹ ਲਿਖਤ ਬਚਦੀ ਹੈ। ਸਾਡੀ ਤਾਂ ਦਿਲ ਦੇ ਵਿੱਚ ਹੀ ਹੈ ਅੱਜ ਵੀ ਹਾਂ, ਜੇ ਸਿੱਧੂ ਬਾਈ ਨੂੰ ਇੱਕ ਵਾਰ ਮਿਲ ਲੈਂਦੇ, ਇੱਕ ਵਾਰ ਮਿਲ ਲੈਂਦੇ, ਉਹ ਗੱਲ ਦਿਲ 'ਚ ਹੀ ਰਹੇਗੀ। ਉਹ ਪਹਿਲਾਂ ਤਾਸ਼ਲਾ ਸੀ, ਸ਼ੌਂਕ ਮਿੱਠੀ ਹੈ, ਫਿਰ ਜੱਟ ਦੀ ਮਜਬੂਰੀ ਬਣਿਆ। ਉਹ ਭੱਜ ਕਿਵੇਂ ਜਾਂਦਾ ਨਹੀਂ ਉਹ ਪੁੱਤ ਸ਼ੇਰ ਦਾ, ਗੋਲੀਆਂ ਦੇ ਅੱਗੇ ਤਾਂ ਹੀ ਸਿੰਨਾ ਤਣਿਆ। ਅੱਜ ਉਹ ਹਵੇਲੀ ਨੂੰ ਦੇਖ ਕੇ ਜਿੱਥੇ ਸਾਨੂੰ ਸਿੱਧੂ ਬਾਈ 'ਤੇ ਫਖਰ ਮਹਿਸੂਸ ਹੁੰਦਾ ਵੀ ਹਾਂ ਉਸਨੇ ਹਵੇਲੀ ਬਣਾਈ ਹੈ, ਅਤੇ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਸਿੱਧੂ ਮੂਸੇਵਾਲੇ ਦੀ ਹਵੇਲੀ ਹੈ, ਅਸੀਂ ਜਾ ਕੇ ਉਹਦੇ ਫਖਰ ਨਾਲ ਕਹਿੰਦੇ ਹਾਂ ਸਾਡੇ ਬਾਈ ਦੀ ਹਵੇਲੀ ਹੈ। ਤੇਰਾ ਪਿਆਰ ਇਹ ਮੁੱਕਣਾ ਨਹੀਂ, ਅੱਖੀਆਂ ਨੇ ਰੁਕਣਾ ਨਹੀਂ, ਤੇਰਾ ਬੁੱਤ ਦੇਖਿਆ ਮੈਂ ਬਾਹਾਂ 'ਚੋਂ ਛੁੱਟਣਾ ਨਹੀਂ, ਕੋਈ ਅਲਖ ਜਗਾ ਜਾਵੇ ਖੈਰ ਝੋਲੀ ਪਾ ਜਾਵੇ, ਇੱਕ ਸਾਹ ਹੀ ਬਾਕੀ ਨੇ ਖੋਰੇ ਰੱਬ ਹੀ ਪਾ ਜਾਵੇ, ਸਾਹ ਹੀ ਤਾਂ ਬਾਕੀ ਨੇ ਖੋਰੇ ਰੱਬ ਹੀ ਪਾ ਜਾਵੇ। ਸਿੱਧੂ ਮੂਸੇਵਾਲਿਆ ਵੇ ਤੇਰੇ ਲਈ ਹਰ ਅੱਖ ਰੋਈਏ, ਬੱਚੇ ਤੈਨੂੰ ਲੱਭਦੇ ਨੇ ਮੂਸੇ ਦੀ ਮਿੱਟੀ ਵਿੱਚੋਂ, ਖੁਸ਼ਬੂ ਤੇਰੀ ਟਿੱਬਿਆਂ ਦੇ ਪੁੱਤ ਟਿੱਬਿਆਂ ਵਿੱਚ ਹੀ ਸਮੋਈ ਹੈ। ਧਰਤੀ ਲਾਹੌਰ ਦੀ ਉਡੀਕ ਰਹੀ ਤੱਕਦੀ ਏ ਨਿਤਰਾਵਾਂ ਨੂੰ, ਆ ਜਾ ਸਿੱਧੂ ਮੂਸੇਵਾਲਿਆ ਅਸੀਂ ਖੜੇ ਖੋਲ ਕੇ ਬਾਹਾਂ ਨੂੰ, ਤੂੰ ਖੁਦ ਕਿਹਾ ਸੀ ਲਾਹੌਰ ਆਉਣਾ, ਆ ਕੇ ਗੀਤ ਤੂੰ ਗਾਉਣਾ ਸੀ, ਅੱਜ ਸਿੱਧੂ ਸਿੱਧੂ ਰੋਂਦੇ ਲਾਹੌਰ ਵਾਲੇ ਜਿਨ੍ਹਾਂ ਨੂੰ ਤੂੰ ਗੀਤ ਸੁਣਾਉਣਾ ਸੀ। ਕਿੰਜ ਭੁੱਲੀਏ ਤੇਰਾ ਪਿਆਰ, ਤੂੰ ਹੀ ਤਾਂ ਪਾਇਆ ਏ, ਕਿਉਂ ਸਿੱਧੂ ਆਵੇ ਤੂੰ ਸਾਨੂੰ ਇੰਜ ਰਵਾਇਆ ਏ, ਇੱਕ ਦੀਦ ਹੀ ਤਾਂ ਮੰਗੀ ਸੀ ਵੇ ਤੇਰੇ ਦੀਦਾਰ ਲਈ, ਇੱਕ ਸ਼ੋਅ ਹੀ ਤਾਂ ਮੰਗਿਆ ਸੀ ਵੇ ਤੇਰੇ ਪਿਆਰ ਲਈ, ਵੇ ਕਦੋਂ ਆ ਕੇ ਤੂੰ ਲਾਹੌਰ ਫੇਰੀ ਪਾਵੇਂਗਾ, ਵੇ ਕਦੋਂ ਚੜ੍ਹ ਕੇ ਸਟੇਜ 'ਤੇ ਤੂੰ ਥਾਪੀ ਲਾਵੇਂਗਾ, ਵੇ ਖੁੱਲ੍ਹਾ ਰਸਤਾ ਏ ਬਾਰਡਰ ਤੋਂ ਪਾਰ ਦਾ, ਮੁੱਲ ਪਾ ਦੇ ਵੇ ਤੂੰ ਪਾ ਦੇ ਇਕਰਾਰ ਦਾ। ਸਿੱਧੂ ਮੂਸੇਵਾਲੇ ਦੀ ਲਾਈਫ 'ਤੇ ਤਾਂ ਲਿਖਦੇ ਤੁਸੀਂ ਇਹ ਲਗਾ ਲਓ, ਮੈਂ ਪਹਿਲਾਂ ਹੀ ਵੀ ਬੋਲ ਚੁੱਕਿਆ ਵੀ ਚਾਹੇ ਮੇਰੀ ਸਾਰੀ ਜ਼ਿੰਦਗੀ ਨਿਕਲ ਜਾਵੇ, ਅਤੇ ਜੋ ਉਹਨਾਂ ਦੀਆਂ ਗੱਲਾਂ ਪਤਾ ਲੱਗਦੀਆਂ, ਨਵੀਂ ਤੋਂ ਨਵੀਂ ਗੱਲ ਪਤਾ ਲੱਗਦੀ ਹੈ, ਕੋਈ ਜਾਣਕਾਰ ਮਿਲਦਾ ਸਿੱਧੂ ਮੂਸੇਵਾਲੇ ਦਾ, ਅਤੇ ਮੈਨੂੰ ਲੱਗਦਾ ਵੀ ਤਕਰੀਬਨ 10 ਐਡੀਸ਼ਨ ਤਾਂ ਆਉਣਗੇ ਇਸ ਕਿਤਾਬ ਦੇ। ਜੋ ਅਣਖੀ ਜਨਮਾਂ ਤੋਂ ਉਹ ਬੰਦੇ ਕਦੀ ਹਰਦੇ ਨਹੀਂ ਹੁੰਦੇ, ਲੈਜੈਂਡ ਅਮਰ ਹੋ ਜਾਂਦੇ ਨੇ ਬੱਲਿਆ, ਲੈਜੈਂਡ ਕਦੀ ਗੋਲੀ ਨਾਲ ਮਰਦੇ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਤਕਦੀਰ ਮੀਡੀਆ, ਅਤੇ ਅੱਜ ਮੇਰੇ ਨਾਲ ਨੇ ਮਨਪ੍ਰੀਤ ਸਿੰਘ ਮੱਖਣ ਬੈਦਵਾਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਸਪੈਸ਼ਲੀ ਕਿਤਾਬ ਲਿਖੀ ਹੈ ਟਿੱਬਿਆਂ ਦਾ ਪੁੱਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ, ਮੈਂ ਧੰਨਵਾਦ ਕਰਦਾ ਤਕਦੀਰ ਮੀਡੀਆ ਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾ ਕੇ ਲੋਕਾਂ ਦੇ ਸਾਹਮਣੇ ਪਾਉਣ ਲਈ ਮੈਨੂੰ ਇੱਥੇ ਬੁਲਾਇਆ, ਮੈਂ ਧੰਨਵਾਦ ਕਰਦਾ। ਨਹੀਂ, ਤੁਸੀਂ ਸਪੈਸ਼ਲੀ ਆਏ, ਤੁਸੀਂ ਇੰਨਾ ਵੱਡਾ ਇਨੀਸ਼ੀਏਟਿਵ ਲਿਆ, ਕਿਤਾਬ ਲਿਖੀ ਹੈ ਉਹਨਾਂ ਦੇ ਲਈ, ਹੈ ਨਾ। ਇਸ ਕਿਤਾਬ ਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿੰਨੀ ਮੈਂ ਤੁਹਾਡੇ ਉੱਤੇ ਰਿਸਰਚ ਕੀਤੀ, ਤੁਸੀਂ ਰਾਈਟਰ ਨਹੀਂ ਹੋ। ਨੋ ਨੋ ਮੈਮ, ਹੈ ਨਾ। ਨਹੀਂ ਜੀ, ਤੁਸੀਂ ਇੱਕ ਆਮ ਇਨਸਾਨ ਹੋ, ਉਹਨਾਂ ਦੇ ਇੱਕ ਹਾਰਡਕੋਰ ਫੈਨ ਸੀਗੇ ਜੀ। ਪੇਸ਼ੇ ਤੋਂ ਕੀ ਕਰਦੇ ਹੋ ਤੁਸੀਂ? ਪੇਸ਼ੇ ਤੋਂ ਤਾਂ ਜੱਟ ਹਾਂ ਜੀ, ਆਪਾਂ ਇੱਥੇ ਲੋਕਲੀ ਹੈ, ਆਪਣਾ ਖੇਤੀਬਾੜੀ ਦੀ ਕੰਮ ਸੀਗਾ ਮੇਨ ਤਾਂ ਆਪਣਾ। ਉਹ ਤੋਂ ਬਾਅਦ ਥੋੜ੍ਹਾ ਕਾਲਜ ਟਾਈਮ ਦੇ ਵਿੱਚ ਲਿਖਿਆ ਵੀ ਹੈ ਸਟਾਰਟਿੰਗ ਦੇ ਵਿੱਚ, ਜਦੋਂ BA ਕਰਦੇ ਸੀ JC 46 ਚੰਡੀਗੜ੍ਹ, ਉਦੋਂ ਮੈਂ ਲਿਖਦਾ ਸੀਗਾ, ਅਤੇ ਮੇਰੇ ਜੋ ਕਾਲਜ ਦੀ ਮੈਗਜ਼ੀਨ ਸੀ ਉਹਦੇ 'ਚ ਵੀ ਮੇਰੀ ਕਵਿਤਾਵਾਂ ਆਉਂਦੀਆਂ ਸੀ, ਅਤੇ ਇੱਕ ਨਿਊਜ਼ ਪੇਪਰ 'ਚ ਵੀ ਮੇਰੀ ਕਈ ਵਾਰ ਕਵਿਤਾ ਆਈਆਂ। ਔਰ ਉਹ ਤੋਂ ਬਾਅਦ ਤਕਰੀਬਨ ਕਾਫੀ 10-12 ਸਾਲ ਦਾ ਗੈਪ ਸੀਗਾ, ਉਹ ਤੋਂ ਬਾਅਦ ਕਲਮ ਹੁਣੇ ਚੁੱਕੀ ਹੈ ਆਪਾਂ ਦੁਬਾਰਾ। ਹਾਂਜੀ ਹਾਂਜੀ। ਕਿਸ ਤਰ੍ਹਾਂ? ਕਲਮ ਵੀ ਅਜਿਹੇ ਇਨਸਾਨ ਲਈ ਇੱਕ ਲੈਜੈਂਡ ਲਈ ਚੁੱਕੀ ਹੈ, ਜਿਹਦੇ ਲਈ ਮੈਂ ਨਹੀਂ ਚਾਹੁੰਦਾ ਵੀ ਹਾਂ ਮੈਨੂੰ ਕੋਈ ਦੱਸਣ ਦੀ ਲੋੜ ਹੈ। ਹਰ ਕਿਸੇ ਨੂੰ ਉਹਨਾਂ ਦਾ ਪਤਾ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਹਰ ਕੋਈ ਜਾਣਦਾ ਉਹਨਾਂ ਨੂੰ, ਉਹਦੇ ਲਈ ਚੁੱਕੀ ਹੈ ਜੋ ਕਲਮ, ਹੁਣ ਉਹਨਾਂ ਲਈ ਇਹ ਕਿਤਾਬ ਲਿਖੀ ਹੈ ਜੋ ਟਿੱਬਿਆਂ ਦਾ ਪੁੱਤ। ਹਾਂਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਉਹਨਾਂ ਦੇ ਇੰਨੇ ਜ਼ਿਆਦਾ ਫੈਨਸ ਨੇ, ਅਤੇ ਬਹੁਤ ਸੋਹਣੀ ਗੱਲ ਤੁਸੀਂ ਕਿਤਾਬ ਦੀ ਸਟਾਰਟਿੰਗ ਵਿੱਚ ਇੰਨੀ ਸੋਹਣੀ ਗੱਲ ਲਿਖੀ ਹੋਈ ਹੈ ਕਿ ਲੈਜੈਂਡਸ ਕਦੀ ਗੋਲੀ ਨਾਲ ਮਰਦੇ ਨਹੀਂ ਜੀ ਹੁੰਦੇ, ਜੀ ਹੈ ਨਾ। ਕਿਸ ਤਰ੍ਹਾਂ ਤੁਹਾਡੇ ਮਾਇੰਡ ਦੇ ਵਿੱਚ ਆਇਆ ਕਿ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ ਹੈ? ਮਤਲਬ ਜੋ ਕਦੀ ਕਾਲਮਸ ਲਿਖਦੇ ਹੁੰਦੇ ਸੀ ਨਿਊਜ਼ ਪੇਪਰ ਦੇ ਵਿੱਚ, ਕਦੀ ਪੋਇਮਸ ਲਿਖਦੀਆਂ, ਅੱਜ ਉਹਨਾਂ ਨੇ ਇੰਨੀ ਵੱਡੀ ਕਿਤਾਬ ਲਿਖਤੀ ਹੈ, ਉਹ ਵੀ ਲੈਜੈਂਡ ਸਿੱਧੂ ਮੂਸੇਵਾਲੇ ਦੇ, ਹੈ ਨਾ। ਕਿਸ ਤਰ੍ਹਾਂ ਤੁਹਾਡੇ ਮਾਇੰਡ ਦੇ ਵਿੱਚ ਆਇਆ? ਦੇਖੋ ਮੈਮ, ਹੁਣ ਤੁਸੀਂ ਵੀ ਜੋ ਅਸੀਂ ਦੇਖਦੇ ਹਾਂ, ਦੇਖਣ ਵਾਲਾ ਵੀ ਚਲਾ ਜਾਂਦਾ ਹੈ, ਲਿਖਣ ਵਾਲਾ ਵੀ ਚਲਾ ਜਾਂਦਾ ਹੈ,
ਸੁਣਨ ਵਾਲਾ ਵੀ ਚਲਾ ਜਾਂਦਾ ਹੈ ਤੇ ਪੜ੍ਹਨ ਵਾਲਾ ਵੀ ਚਲਾ ਜਾਂਦਾ ਹੈ। ਜੇ ਹਾਂਜੀ ਆਪਣੇ ਕੋਲ ਬਚਦੀ ਹੈ ਤਾਂ ਉਹ ਲਿਖਤ ਬਚਦੀ ਹੈ, ਇਸ ਲਈ ਮੈਂ ਬੋਲਣ ਤੋਂ ਜ਼ਿਆਦਾ ਲਿਖਣ ਦੇ ਉੱਤੇ ਜ਼ੋਰ ਦਿੱਤਾ ਤੇ ਲਿਖ ਕੇ ਹੀ ਮੈਂ ਲੋਕਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਪ੍ਰਚਾਰ ਰਿਹਾ। ਹਾਂਜੀ। ਅੱਛਾ, ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਟਿੱਬਿਆਂ ਦਾ ਪੁੱਤ ਉਹਨਾਂ ਦਾ ਬਹੁਤ ਫੇਮਸ ਗਾਣਾ ਵੀ ਜੀ ਸੀ, ਜੀ ਹੈ ਨਾ। ਬਟ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਟਾਈਟਲ ਤੋਂ ਕੀ ਭਾਵ ਹੈ ਨਾ? ਤੁਸੀਂ ਕੀ ਸੋਚ ਕੇ ਰੱਖਿਆ ਕਿ ਇਸ ਕਿਤਾਬ ਦਾ ਟਾਈਟਲ ਹੋਣਾ ਚਾਹੀਦਾ ਹੈ ਟਿੱਬਿਆਂ ਦਾ ਪੁੱਤ? ਦੇਖੋ ਜੋ ਮਾਨਸਾ ਇਲਾਕਾ ਤਕਰੀਬਨ ਮਾਨਸਾ ਬੈਲਟ ਹੈ, ਆਪਣੇ ਮਾਲਵਾ ਬੈਲਟ ਹੈ, ਉਹ ਟਿੱਬਿਆਂ ਕਰਕੇ ਹੀ ਮਸ਼ਹੂਰ ਹੈ। ਹਾਂਜੀ ਉਹ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ। ਉੱਥੇ ਤੁਸੀਂ ਇਹ ਲਗਾ ਲਓ ਵੀ ਜੋ ਸਿੱਧੂ ਮੂਸੇਵਾਲਾ ਸੀ ਉਹ ਇੱਕ ਤਰ੍ਹਾਂ ਆਪਣੀ ਜੜ੍ਹਾਂ ਨਾਲ ਜੁੜਿਆ ਹੋਇਆ ਇਨਸਾਨ ਸੀ, ਉਹਨਾਂ ਨੇ ਆਪਣੀਆਂ ਜੜ੍ਹਾਂ ਨਹੀਂ ਛੱਡੀਆਂ। ਉਹ ਚਾਹੁੰਦੇ ਤਾਂ ਇੱਥੇ ਮੋਹਾਲੀ 'ਚ ਆ ਕੇ ਵੀ ਰਹਿ ਸਕਦੇ ਸੀ, ਉਹ ਚਾਹੁੰਦੇ ਤਾਂ ਉਹਨਾਂ ਦਾ ਇੰਨਾ ਰੁਤਬਾ ਸੀ, ਇੰਨੀ ਹੈਸੀਅਤ ਸੀ, ਉਹ ਬੰਬੇ ਵਰਗੇ ਵੱਡੇ ਸ਼ਹਿਰਾਂ 'ਚ ਵੀ ਰਹਿ ਸਕਦੇ ਸੀ, ਪਰ ਉਹਨਾਂ ਨੇ ਆਪਣਾ ਪਿੰਡ ਨਹੀਂ ਛੱਡਿਆ, ਆਪਣਾ ਇਲਾਕਾ ਨਹੀਂ ਛੱਡਿਆ, ਆਪਣੇ ਲੋਕ ਨਹੀਂ ਛੱਡੇ, ਇੱਕ ਤਰ੍ਹਾਂ ਆਪਣੀ ਜੜ੍ਹਾਂ ਨਾਲ ਜੁੜੇ ਹੋਏ ਇਨਸਾਨ ਸੀਗੇ। ਇਸ ਲਈ ਮੈਂ ਇਸ ਕਿਤਾਬ ਦਾ ਨਾਮ ਜੋ ਟਾਈਟਲ ਹੈ ਉਹ ਟਿੱਬਿਆਂ ਦਾ ਪੁੱਤ ਹੀ ਰੱਖਿਆ। ਅੱਛਾ, ਕਦੇ ਤੁਹਾਡੀ ਉਹਨਾਂ ਨਾਲ ਪਰਸਨਲੀ ਮੁਲਾਕਾਤ ਹੋਈ ਸੀ? ਐਜ਼ ਅ ਫੈਨ ਹੀ ਤੁਸੀਂ ਉਹਨਾਂ ਦੇ ਪਿੰਡ ਵਿਜ਼ਿਟ ਕੀਤਾ ਹੋਵੇ, ਉਹਨਾਂ ਦੇ ਨਾਲ ਮਿਲਣ ਦਾ ਕਦੇ ਤੁਹਾਨੂੰ ਚਾਂਸ ਮਿਲਿਆ? ਨਹੀਂ, ਅੱਜ ਤੱਕ ਇਹ ਆਪਣੀ ਜੋ ਇੱਕ ਤਮੰਨਾ ਸੀ, ਅਰਮਾਨ ਸੀ, ਆਪਣਾ ਦਿਲ 'ਚ ਹੀ ਰਹਿ ਗਿਆ। ਫੇਸ ਟੂ ਫੇਸ ਬਾਈ ਨਾਲ ਬੈਠਣ ਦੀ ਆਪਣੀ ਜੋ ਇੱਕ ਤਮੰਨਾ ਸੀ ਉਹ ਪੂਰੀ ਨਹੀਂ ਹੋ ਸਕੀ, ਆਪਣੀ ਹਸਰਤ ਦਿਲ ਦੇ ਵਿੱਚ ਹੀ ਰਹਿ ਗਈ। ਉਹ ਲੱਗਦਾ ਹੀ ਨਹੀਂ ਸੀ ਵੀ ਸਿੱਧੂ ਮੂਸੇਵਾਲਾ ਬਾਈ ਸਾਨੂੰ ਇੱਦਾਂ ਵਿਛੋੜਾ ਦੇ ਕੇ ਚਲਾ ਜਾਊਗਾ, ਕਿਸੇ ਨੂੰ ਯਾਦ ਵੀ ਨਹੀਂ ਸੀਗਾ, ਅਤੇ ਅਚਨਚੇਤ ਪਏ ਵਿਛੋੜੇ ਨੇ, ਸਾਰਾ ਕੁਛ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਸਾਡੀ ਤਾਂ ਉਹ ਦਿਲ ਦੇ ਵਿੱਚ ਹੀ ਹੈ ਅੱਜ ਵੀ ਹਾਂ, ਜੇ ਸਿੱਧੂ ਬਾਈ ਨੂੰ ਇੱਕ ਵਾਰ ਮਿਲ ਲੈਂਦੇ, ਇੱਕ ਵਾਰ ਮਿਲ ਲੈਂਦੇ, ਉਹ ਗੱਲ ਦਿਲ 'ਚ ਹੀ ਰਹੇਗੀ। ਹਾਂਜੀ। ਤੇ ਅਗਰ ਤੁਹਾਡੀ ਕਿਤਾਬ ਦੀ ਜਰਨੀ ਬਾਰੇ ਗੱਲ ਕਰੀਏ ਤਾਂ ਇਹ ਕਿਤਾਬ ਲਿਖਣ ਦੀ ਜਰਨੀ ਕਿਵੇਂ ਸ਼ੁਰੂ ਹੋਈ? ਕਿੰਨੇ ਮਹੀਨਿਆਂ ਤੱਕ ਇਹ ਤੁਹਾਡਾ ਚੱਲਿਆ, ਪ੍ਰੋਸੈਸ ਚੱਲਿਆ? ਕਿੰਨਾ ਰਿਸਰਚ ਵਰਕ ਰਿਹਾ, ਹੈ ਨਾ? ਹਾਂਜੀ, ਅਤੇ ਰਿਸਰਚ ਤੁਸੀਂ ਇਹ ਲਗਾ ਲਓ ਵੀ ਆਪਣਾ 29/5/2022 ਨੂੰ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਹੈ, ਅਤੇ ਉਸ ਦਿਨ ਤੋਂ ਹੀ ਆਪਣੀ ਸਰਚ ਚੱਲ ਪਈ ਸੀਗੀ ਹੈ। ਮੈਂ ਉਸ ਦਿਨ ਵੀ ਬੈਠਿਆ ਗੀਤ ਸਿੱਧੂ ਮੂਸੇਵਾਲੇ ਦਾ ਹੀ ਸੁਣ ਰਿਹਾ ਸੀਗਾ, ਟਿੱਬਿਆਂ ਦਾ ਪੁੱਤ ਗੀਤ ਸੁਣ ਰਿਹਾ ਸੀ ਬੈਠਿਆ ਮੈਂ। ਗਰਮੀ ਬਹੁਤ ਸੀ, ਬੱਚਿਆਂ ਨੂੰ ਵੀ ਸਕੂਲ ਦੀਆਂ ਛੁੱਟੀਆਂ ਹੋਈਆਂ ਸੀ, ਸ਼ਾਮ ਦਾ ਟਾਈਮ ਸੀਗਾ, ਤਕਰੀਬਨ ਘਰ ਹੀ ਬੈਠੇ ਸੀ, ਅਤੇ ਉਦੋਂ ਬਾਅਦ ਮੇਰੇ ਫੋਨ ਦੀ ਸਕਰੀਨ 'ਤੇ ਇੱਕ ਮੈਸੇਜ ਆਇਆ, ਮੈਂ ਉਹ ਇਗਨੋਰ ਕਰਤਾ। ਉਹ 'ਚ ਲਿਖਿਆ ਹੋਇਆ ਸੀ ਸ਼ੋਰਟ ਡੈਡ ਜਵਾਰ ਕੇ ਵਗੈਰਾ ਕੁਛ ਆ ਰਿਹਾ ਸੀ, ਮੈਂ ਗੌਰ ਹੀ ਨਹੀਂ ਕਰ ਲਓ। ਉਹ ਤੋਂ ਬਾਅਦ ਮੈਂ ਤਕਰੀਬਨ 6-7 ਵਟਸਐਪ ਗਰੁੱਪਾਂ ਦੇ ਵਿੱਚ ਐਡ ਸੀਗਾ ਆਪਣੇ ਫਰੈਂਡਸ ਨਾਲ, ਅਤੇ ਮੈਨੂੰ ਇਕੱਠੇ ਮੈਸੇਜ ਆਉਣੇ ਸ਼ੁਰੂ ਹੋ ਗਏ, ਬੀਪ ਵੱਜ ਟਿੰਨ 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 ਹੁੰਦਾ ਰਿਹਾ, ਕੋਈ ਗੌਰਿਆ ਨਹੀਂ। ਉਹ ਤੋਂ ਬਾਅਦ ਮੈਂ ਆਪਣਾ ਫੋਨ ਚੁੱਕਿਆ, ਅਤੇ ਫੋਨ ਚੁੱਕ ਕੇ ਜਦੋਂ ਮੈਂ ਉਹਦਾ ਪਹਿਲਾਂ ਹੀ ਮੈਸੇਜ ਪਲੇ ਕੀਤਾ, ਉਹ 'ਤੇ ਆ ਰਿਹਾ ਸੀ ਵੀ ਟਿੱਬਿਆਂ ਦਾ ਪੁੱਤ ਸ਼ੁਭਦੀਪ ਸਿੰਘ ਸਿੱਧੂ ਵੀ ਉਹਦੀ ਡੈਥ ਹੋ ਚੁੱਕੀ ਹੈ, ਵੀ ਜੁਹਾਰ ਕੇ ਪਿੰਡ ਦੇ ਵਿੱਚ। ਮੇਰੇ ਤੋਂ ਹੁਣ ਕਿਹਾ ਵੀ ਨਹੀਂ ਜਾ ਰਹੀ ਗੱਲ ਵੀ ਕਿਸੇ ਨੇ ਉੱਥੇ ਗੋਲੀ ਨਾਲ ਕਤਲ ਕਰ ਦਿੱਤਾ ਬਾਈ ਦਾ। ਅਤੇ ਤੁਸੀਂ ਇਹ ਲਾ ਲਓ ਵੀ ਮੈਥੋਂ ਨਾ ਤਾਂ ਉਹ ਨਿਊਜ਼ ਪੜ੍ਹੀ ਗਈ, ਨਾ ਉਹ ਨਿਊਜ਼ ਪੂਰੀ ਸੁਣੀ ਗਈ, ਨਾ ਉਹ ਪੂਰੀ ਨਿਊਜ਼ ਦੇਖੀ ਗਈ। ਉਹ ਬਾਈ ਥਾਰ ਦੇ ਵਿੱਚ ਬੈਠਿਆ ਸੀ, ਡਿੱਗਿਆ ਹੋਇਆ, ਅਤੇ ਚਾਰੇ ਪਾਸੇ ਰੌਲਾ ਰੱਪਾ ਹੀ ਸੀਗਾ। ਬਸ ਤੁਸੀਂ ਇਹ ਲਗਾ ਲਓ ਮੈਂ ਉਹ ਜੋ ਉਹ ਪਲ ਸੀ ਉਹ ਬਿਆਨ ਨਹੀਂ ਕਰ ਸਕਦਾ। ਇੰਨੀ ਜ਼ਿਆਦਾ ਮੰਦਭਾਗੀ ਖਬਰ ਸੀ ਕਿ ਸਟਾਰਟਿੰਗ ਵਿੱਚ ਤਾਂ ਪਹਿਲਾਂ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ, ਕਿਸੇ ਨੂੰ ਯਕੀਨ, ਮੈਨੂੰ ਵੀ ਕਿ ਇਦਾਂ ਵੀ ਹੋ ਹੋਇਆ, ਸਕਦਾ ਵੀ ਇਦਾਂ ਹੋ ਹੀ ਨਹੀਂ ਸਕਦਾ, ਲੱਗਦਾ ਹੀ ਨਹੀਂ ਸੀ ਇਦਾਂ ਹੋ ਸਕਦਾ। ਉਹ ਵੀ ਆਪਣੇ ਏਰੀਏ ਦੇ ਵਿੱਚ, ਤਕਰੀਬਨ ਤੁਸੀਂ ਲਾ ਲਓ ਮੈਂ ਤਾਂ ਗਿਆ ਉੱਥੇ ਮੂਸਾ ਪਿੰਡ ਤੋਂ, ਜਵਾਰ ਕੇ ਜ਼ਿਆਦਾ ਦੂਰ ਨਹੀਂ, ਨੇੜੇ ਹੀ ਹੈ, ਅਤੇ ਆਪਣਾ ਇਲਾਕਾ ਸੀ ਬਾਈ, ਆਪਣਾ ਨੋਰਮਲ ਘੁੰਮ ਰਿਹਾ ਸੀ ਉੱਥੇ। ਇੱਦਾਂ ਹੋ ਜਾਏਗਾ, ਅੱਜ ਤੱਕ ਕਿਸੇ ਨੂੰ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿਸੇ ਨੇ। ਤੁਸੀਂ ਉਹਨਾਂ ਨੂੰ ਕਦੇ ਦੇਖਿਆ ਸੀ ਵੈਸੇ? ਦੇਖਿਆ ਸੀ ਜੀ, ਟੀਵੀ 'ਚ ਹੀ ਦੇਖਿਆ ਸੀ, ਉਹਨਾਂ ਦੇ ਪ੍ਰੋਗਰਾਮਾਂ 'ਚ ਹੀ ਦੇਖਿਆ ਸੀ, ਫੇਸ ਟੂ ਫੇਸ ਤਾਂ ਮਿਲਣ ਦਾ ਕਦੇ ਮੌਕਾ ਮਿਲਿਆ ਹੀ ਨਹੀਂ, ਕਦੇ ਸੋਚਿਆ ਵੀ ਨਹੀਂ ਸੀ ਵੀ ਬਾਈ ਇੱਦਾਂ ਵਿਛੋੜਾ ਦੇ ਕੇ ਚਲਾ ਜਾਊਗਾ ਸਾਨੂੰ। ਹਾਂਜੀ, ਅਸੀਂ ਤੁਹਾਡੀ ਕਿਤਾਬ ਦੀ ਰਿਸਰਚ ਵਰਕ ਬਾਰੇ ਗੱਲ ਕਰ ਰਹੇ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਸ ਦਿਨ ਇਹ ਮੰਦਭਾਗੀ ਖਬਰ ਮਿਲੀ, ਹੈ ਨਾ, ਉਸੇ ਦਿਨ ਤੁਹਾਡਾ ਰਿਸਰਚ ਵਰਕ ਸਾਰਾ ਸ਼ੁਰੂ ਹੋ ਗਿਆ। ਫਿਰ ਕੀ ਕੀਤਾ ਤੁਸੀਂ, ਹੈ ਨਾ, ਕਿੱਥੇ ਕਿੱਥੇ ਵਿਜ਼ਿਟ ਕੀਤਾ, ਉਹਨਾਂ ਦੀ ਹਵੇਲੀ 'ਚ ਗਏ ਜਾਂ ਉਹਨਾਂ ਨੂੰ ਦੋਸਤਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਕਿਸ ਤਰ੍ਹਾਂ ਪ੍ਰੋਸੈਸ ਰਿਹਾ ਤੁਹਾਡੀ ਕਿਤਾਬ ਲਿਖਣ ਦਾ? ਹਾਂਜੀ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਮੂਸਾ ਗਿਆ ਸੀਗਾ ਜੀ। ਅੱਛਾ। ਮੂਸਾ ਪਿੰਡ ਜਾ ਕੇ ਫਿਰ ਹਵੇਲੀ ਵੀ ਗਿਆ ਬਾਈ ਦੀ, ਅਤੇ ਬਾਈ ਦੀ ਸਮਾਧ 'ਤੇ ਵੀ ਗਿਆ। ਕਿੰਨੇ ਦਿਨ ਰਹੇ ਮੂਸਾ ਪਿੰਡ? ਨਹੀਂ, ਮੂਸਾ ਦਾ ਅਪ ਡਾਊਨ ਹੀ ਕਰਦਾ ਸੀ ਜੀ, ਉੱਥੇ ਆਪਣਾ ਕੋਈ ਜਾਣਕਾਰ ਨਹੀਂ ਸੀਗਾ ਉੱਧਰ ਆਪਣਾ ਕੋਈ, ਇਸ ਲਈ ਅਪ ਡਾਊਨ ਹੀ ਕਰਦੇ ਸੀ। ਸਵੇਰੇ ਜਾਂਦੇ ਸੀ, ਸ਼ਾਮੀ ਆ ਜਾਂਦੇ ਸੀ, 4-5 ਘੰਟੇ ਤਕਰੀਬਨ ਉੱਥੇ ਲਗਾ ਕੇ। ਕਿੰਨੇ ਦਿਨ ਜਾਂਦੇ ਰਹੇ ਇੱਦਾਂ? ਘੱਟੋ ਘੱਟ ਮੇਰੇ ਲਾਗੇ ਹੋਣਗੇ ਜੀ ਉੱਥੇ 10 ਗੇੜੇ। ਅੱਛਾ। ਹਾਂਜੀ, ਅਤੇ ਆਪਣਾ 2.5-3 ਘੰਟੇ ਦਾ ਰਸਤਾ ਜੀ ਇੱਥੋਂ ਮੋਹਾਲੀ ਤੋਂ ਮੂਸਾ ਪਿੰਡ ਦਾ, ਅਤੇ ਉੱਥੇ ਤੁਸੀਂ ਇਹ ਲਗਾ ਲਓ ਮੈਂ ਸਵੇਰੇ ਜਾਂਦਾ ਸੀ ਅਤੇ ਰਾਤੀ 9-10 ਵਜੇ ਵਾਪਸ ਆਉਂਦਾ ਸੀਗਾ। ਉੱਥੇ ਮੈਨੂੰ ਇੱਕ ਗੱਲ ਦੀ ਬੜੀ, ਜੋ ਮੈਂ ਕਰਨੀ ਚਾਹੁੰਦਾ ਆਪਣੇ
ਤੁਹਾਡੇ ਮਾਧਿਅਮ ਰਾਹੀਂ ਵੀ ਸਾਰਿਆਂ ਕੋਲ ਮੈਸੇਜ ਪਹੁੰਚੇ। ਜਦੋਂ ਮੈਂ ਆਪਣੀ ਕਿਤਾਬ ਜੋ ਮੇਰਾ ਫਸਟ ਐਡੀਸ਼ਨ ਸੀ ਉਹ ਮੈਂ ਉੱਥੇ ਮਾਤਾ ਚਰਨ ਕੌਰ ਜੀ ਤੋਂ ਜਾ ਕੇ ਉਹਨਾਂ ਨੂੰ ਫੋਟੋ ਕਰਵਾਈ, ਪਬਲਿਸ਼ ਕਰਾਈ, ਅਤੇ ਉਹ ਤੋਂ ਪਹਿਲਾਂ ਵੀ ਮੈਂ ਮਿਲਿਆ ਸੀਗਾ ਬਾਪੂ ਬਲਕੌਰ ਸਿੰਘ ਨੂੰ ਵੀ, ਮਾਤਾ ਚਰਨ ਕੌਰ ਨੂੰ ਵੀ, ਅਤੇ ਉਹਨਾਂ ਨੂੰ ਮੈਂ ਬੋਲ ਕੇ ਆਇਆ ਸੀ ਮੈਂ ਸਿੱਧੂ ਮੂਸੇਵਾਲੇ ਦੀ ਕਿਤਾਬ ਲਿਖ ਰਿਹਾ। ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ, ਕੋਈ ਇੱਦਾਂ ਦੀ ਦਿੱਕਤ ਨਹੀਂ ਸੀਗੀ। ਅਤੇ ਮੈਂ ਵੀ ਬੋਲਿਆ ਸੀ ਵੀ ਕਿ ਮੈਂ ਬਾਈ ਦੀ ਆਪਣੀ ਜੋ ਬਰਸੀ ਆਏਗੀ ਉਹ 'ਤੇ ਮੈਂ ਫ੍ਰੀ ਵੰਡਾਂਗਾ, ਅਤੇ ਉਹ ਮੈਂ ਵਾਅਦਾ ਆਪਣਾ ਪੂਰਾ ਵੀ ਕੀਤਾ। ਤਕਰੀਬਨ ਮੈਂ 1000 ਬੁੱਕ 'ਚ ਪਾ ਕੇ ਉਹ ਮੈਂ ਉੱਥੇ ਬਾਈ ਦੀ ਬਰਸੀ ਦੇ ਉੱਤੇ ਪਿੰਡ ਮੂਸੇ ਜਾ ਕੇ ਫ੍ਰੀ ਵੰਡੀ ਆ। ਅਤੇ ਮੈਨੂੰ ਇੱਕ ਗੱਲ ਦੀ ਲੱਗਦੀ ਹੈ ਦਿੱਕਤ, ਇੱਕ ਕੋਈ ਮੂਸੇ ਪਿੰਡ ਦਾ ਹੀ ਹੋਏਗਾ, ਉੱਥੇ ਮੈਨੂੰ ਇੱਕ ਮੁੰਡਾ ਲਗਾ ਲਓ ਤੁਸੀਂ ਮਿਲਿਆ, ਉਹਨੇ ਮੇਰੀ ਬੁੱਕ ਦੇਖੀ ਅਤੇ ਮੈਨੂੰ ਪੁੱਛਦਾ ਕਹਿੰਦਾ ਤੁਸੀਂ ਮੋਹਾਲੀ ਤੋਂ, ਤੁਹਾਨੂੰ ਜਾਣਕਾਰੀ ਅਧੂਰੀ ਹੋਊਗੀ ਸਿੱਧੂ ਮੂਸੇਵਾਲੇ ਦੀ। ਮੈਂ ਉਹਨੂੰ ਇੱਕ ਗੱਲ ਦਾ ਜਵਾਬ ਦਿੱਤਾ, ਮੈਂ ਦੇਖੋ ਅਸੀਂ ਬੇਸ਼ੱਕ ਮੋਹਾਲੀ ਤੋਂ ਹਾਂ, ਸਾਨੂੰ ਬੇਸ਼ੱਕ ਜਾਣਕਾਰੀ ਵੀ ਅਧੂਰੀ ਹੈ, ਪਰ ਅਸੀਂ ਕਿ ਹਿੰਮਤ ਦਿਖਾ ਰਹੇ ਹਾਂ, ਸਿੱਧੂ ਮੂਸੇਵਾਲੇ ਦੀ ਕਿਤਾਬ ਲਿਖਣ ਦੀ, ਉਹਨਾਂ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਦੀ ਹਿੰਮਤ ਦਿਖਾ ਰਹੇ ਹਾਂ। ਜੇਕਰ ਤੁਹਾਨੂੰ ਨੌਲੇਜ ਪੂਰੀ ਹੈ ਤਾਂ ਤੁਸੀਂ ਦੱਸੋ, ਤੁਸੀਂ ਵੰਡੋ। ਇਹ ਗੱਲ ਦੀ ਮੈਨੂੰ ਇੱਕ ਕਮੀ ਲੱਗਦੀ ਹੈ ਕਿ ਜੇਕਰ ਜੋ ਸਿੱਧੂ ਮੂਸੇਵਾਲਾ ਜਿਨ੍ਹਾਂ ਵਿੱਚ ਰਿਹਾ ਆਪਣੀ ਜ਼ਿੰਦਗੀ ਦੇ 28 ਸਾਲ ਉਹਨੇ ਬਤੀਤ ਕੀਤੇ ਹੈ, ਉਹਨਾਂ ਦੇ ਯਾਰ ਦੋਸਤ ਵੀ ਸਾਨੂੰ ਕੁਝ ਗੱਲਾਂ ਦੱਸਣ, ਅਸੀਂ ਉਹ ਵੀ ਐਡ ਕਰੀਏ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਚੱਲ ਸਕੇ ਵੀ ਸਿੱਧੂ ਮੂਸੇਵਾਲਾ ਹੈ ਕਿੱਦਾਂ ਦਾ ਇਨਸਾਨ ਸੀ, ਉਹਦੇ ਕੀ ਜੋ ਲੋਕਾਂ ਨਾਲ ਗੱਲਬਾਤ ਦਾ ਨਜ਼ਰੀਆ ਸੀ, ਉਹ ਕੀ ਕੰਮ ਕਰਦਾ ਸੀ ਲੋਕਲ, ਉਹ ਸਾਰਾ ਆਪਾਂ ਨੂੰ ਪਤਾ ਲੱਗਿਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ 10 ਦਿਨ ਤੁਹਾਡੇ ਮਤਲਬ ਚੱਕਰ ਲੱਗੇ ਜਿੱਥੇ ਤੁਸੀਂ 4-5 ਘੰਟੇ ਪਿੰਡ ਦੇ ਵਿੱਚ ਬਤੀਤ ਕਰਕੇ ਆਉਂਦੇ ਸੀ, ਹੈ ਨਾ, ਮੂਸਾ ਪਿੰਡ, ਕਿਸ ਚੀਜ਼ ਦੀ ਤੁਹਾਨੂੰ ਤਲਾਸ਼ ਰਹਿੰਦੀ ਸੀ? ਕਿਸੇ ਦੀ ਜ਼ਿੰਦਗੀ ਨੂੰ ਕਿਤਾਬ ਦੇ ਵਿੱਚ ਭਰਾਉਣਾ ਕੋਈ ਛੋਟਾ ਕੰਮ ਨਹੀਂ ਹੈ, ਕਿਸੇ ਦੀ ਪੂਰੀ ਜਰਨੀ, ਲਾਈਫ ਦੀ ਜਰਨੀ ਕਿਤਾਬ ਦੇ ਵਿੱਚ ਲਿਖਣਾ, ਹੈ ਨਾ, ਕਿਸ ਕਿਸ ਚੀਜ਼ ਦੀ ਤੁਹਾਨੂੰ ਤਲਾਸ਼ ਰਹਿੰਦੀ ਸੀ ਤੇ ਕਿਸ ਕਿਸ ਤਰ੍ਹਾਂ ਤੁਸੀਂ ਰਿਸਰਚ ਕੀਤੀ? ਦੇਖੋ ਜਦੋਂ ਵੀ ਮੈਂ ਮੂਸੇ ਪਿੰਡ ਗਿਆ, ਤੁਸੀਂ ਇਹ ਲਗਾ ਲਓ ਵੀ ਛੋਟੀ ਤੋਂ ਛੋਟੀ ਗੱਲ ਜੋ ਵੀ ਸਿੱਧੂ ਮੂਸੇਵਾਲੇ ਦੀ ਲਾਈਫ 'ਚ ਸੀ, ਜਾਂ ਉਹਦੇ ਨਾਲ ਘਟੀ ਹੈ, ਕੋਈ ਵਾਪਰੀ ਹੈ, ਜਾਂ ਉਹਦੇ ਨਾਲ ਕੋਈ ਗੱਲਬਾਤ, ਕੁਝ ਵੀ ਪਤਾ ਲੱਗਦਾ ਸੀ, ਮੈਂ ਉਹਨੂੰ ਚੰਗੀ ਤਰ੍ਹਾਂ ਸੁਣਦਾ ਸੀ, ਉਹਨੂੰ ਨੋਟ ਵੀ ਕਰਦਾ ਸੀ, ਫਿਰ ਕਈ ਜਗ੍ਹਾ ਮੈਂ ਰਿਕਾਰਡ ਵੀ ਕੀਤੀ ਆ ਤਾਂ ਕਿ ਮੈਂ ਉਹਨੂੰ ਆਪਣੀ ਬੁੱਕ ਦੇ ਵਿੱਚ ਲਿਖ ਸਕਾਂ। ਇਹ ਤੁਸੀਂ ਸਹੀ ਕਿਹਾ ਵੀ ਕਿਸੇ ਦੀ ਲਾਈਫ ਨੂੰ ਇੱਕ ਬੁੱਕ 'ਚ ਸਮਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ, ਅਤੇ ਉਹ ਵੀ ਇੱਕ ਲੈਜੈਂਡ ਦੀ। ਸਿੱਧੂ ਮੂਸੇਵਾਲਾ ਇੱਕ ਕੋਈ ਆਮ ਇਨਸਾਨ ਨਹੀਂ ਸੀਗਾ, ਉਹ ਤਾਂ ਮੈਨੂੰ ਲੱਗਦਾ ਵੀ ਜੇ ਮੈਂ ਆਪਣੀ ਸਾਰੀ ਜ਼ਿੰਦਗੀ ਵੀ ਸਿੱਧੂ ਮੂਸੇਵਾਲੇ ਬਾਰੇ 'ਤੇ ਲਿਖੇ ਜਾਵਾਂ ਤਾਂ ਮੇਰੀ ਇਹ ਜ਼ਿੰਦਗੀ ਛੋਟੀ ਪੈ ਜਾਵੇਗੀ, ਪਰ ਸਿੱਧੂ ਦੀਆਂ ਕਹੀਆਂ ਗੱਲਾਂ, ਉਹਨਾਂ ਦੇ ਗਾਏ ਗੀਤ, ਉਹਨਾਂ ਦੀ ਡੂੰਘਾਈ ਨੂੰ ਮੈਥੋਂ ਮਾਪਿਆ ਨਹੀਂ ਜਾ ਸਕਦਾ। ਅਤੇ ਮੂਸੇ ਵੀ ਮੈਂ ਜਾਣਦਾ ਸੀ, ਕਿਸੇ ਵੀ ਇਨਸਾਨ ਨਾਲ ਜਦੋਂ ਗੱਲ ਕਰਦਾ ਸੀ, ਜਦੋਂ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਸੁਣਾਉਂਦਾ ਸੀ ਤਾਂ ਆਪਾਂ ਪੂਰੇ ਧਿਆਨ ਨਾਲ ਸੁਣਦੇ ਸੀ, ਅਤੇ ਇੱਕ ਤਰ੍ਹਾਂ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਸੀ ਵੀ ਹਾਂ ਅਸੀਂ ਅੱਜ ਉਹਨਾਂ ਇਨਸਾਨਾਂ 'ਚ ਖੜੇ ਹਾਂ ਜਿਹਨੇ ਸਿੱਧੂ ਮੂਸੇਵਾਲੇ ਨਾਲ ਰਹੇ ਨੇ, ਘੁੰਮੇ ਫਿਰੇ ਨੇ, ਵੱਡੇ ਹੋਏ ਨੇ, ਅਸੀਂ ਉਹਨਾਂ ਇਨਸਾਨਾਂ ਤੋਂ ਅੱਜ ਸਿੱਧੂ ਮੂਸੇਵਾਲੇ ਬਾਰੇ ਸੁਣ ਰਹੇ ਹਾਂ, ਅਤੇ ਉਹ ਗੱਲਾਂ ਅਸੀਂ ਆਪਣੀ ਕਿਤਾਬ ਵਿੱਚ ਫਿਰ ਨੋਟ ਵੀ ਕੀਤੀਆਂ। ਇਹ ਕਿਤਾਬ ਰਿਐਲਿਟੀ ਦੇ ਕਿੰਨਾ ਕੀ ਕਰੀਬ ਹੈ, ਜਾਂ ਤੁਸੀਂ ਇਹਦੇ ਵਿੱਚ ਥੋੜਾ ਆਪਣਾ ਓਪੀਨੀਅਨ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ? ਮੈਂ ਵੱਧ ਤੋਂ ਵੱਧ ਰਿਐਲਿਟੀ ਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮੇਰੀ ਆਪਣੀ ਜਰਨੀ ਹੈ ਉਹ ਮੈਂ ਇਹਦੇ ਵਿੱਚ ਪਾਈ ਹੈ, ਮੇਰੇ ਆਪਣੇ ਕੁਝ ਵਿਊ ਨੇ ਮੈਂ ਉਹ ਵੀ ਵਿੱਚ ਐਡ ਕੀਤੇ ਨੇ, ਮੈਂ ਕੁਝ ਆਪਣੀ ਪੋਇਟਰੀ ਵੀ ਵਿੱਚ ਐਡ ਕੀਤੀ ਹੈ ਵੱਧ ਤੋਂ ਵੱਧ, ਵੀ ਸਿੱਧੂ ਮੂਸੇਵਾਲੇ ਦੇ ਜੋ ਤਕਰੀਬਨ ਉਹਦੇ ਨੇੜੇ ਤੇੜੇ ਦੀ ਹੋਵੇ, ਇੱਦਾਂ ਦੀ ਮੈਂ ਲਾਈਨਸ ਵੀ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਚਾਹੁੰਦੀ ਹਾਂ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਉਹ ਪੋਇਟਰੀ ਇੱਕ ਵਾਰ ਸੁਣਾਈਏ, ਹੈ ਨਾ, ਜੋ ਇਸ ਕਿਤਾਬ ਦੇ ਵਿੱਚ ਸਿੱਧੂ ਦੇ ਲਈ ਲਿਖੀ ਗਈ ਹੈ। ਜ਼ਰੂਰ ਜੀ, ਜ਼ਰੂਰ। ਹਾਂਜੀ, ਸਭ ਤੋਂ ਪਹਿਲਾਂ ਤਾਂ ਵੀ ਜਦੋਂ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ ਉਹ ਸਿੱਧੂ ਮੂਸੇਵਾਲੇ ਬਾਈ ਦੀ ਲਾਈਨਾਂ ਤੋਂ ਹੀ ਸ਼ੁਰੂ ਕੀਤੀ ਸੀਗੀ, ਸੈਟਿਸਫਾਈ ਸੌਂਗ ਦੇ ਵਿੱਚ ਉਹ ਨਾ ਮੈਂ ਗੀਤ ਸੁਣ ਰਿਹਾ ਸੀ, ਅਤੇ ਉਹ 'ਚ ਕਾਫੀ ਵਾਰੀ ਇਹ ਲਾਈਨ ਆਈ ਹੈ, ਹੱਥ ਫੜ ਮੇਰਾ ਮੈਥੋਂ ਤੂੰ ਹੀ ਤਾਂ ਲਿਖਾਏ, ਤੂੰ ਹੀ ਤਾਂ ਲਿਖਾਏ ਬਸ ਨਾਮ ਮੇਰਾ ਹੈ। ਅਤੇ ਚਲੋ ਮੈਂ 1 ਵਾਰ 2 ਵਾਰ 3 ਵਾਰ ਸੁਣਿਆ, ਉਹ ਤੋਂ ਬਾਅਦ ਮੈਂ ਕਲਮ ਚੁੱਕੀ, ਅਤੇ ਕਲਮ ਇੱਦਾਂ ਦੀ ਚੁੱਕੀ ਅਤੇ ਉਹ ਤੋਂ ਬਾਅਦ ਨਾ ਮੈਂ ਪਿੱਛੇ ਮੁੜ ਕੇ ਦੇਖਿਆ ਅਤੇ ਨਾ ਮੈਂ ਆਪਣੀ ਕਲਮ ਬੰਦ ਕੀਤੀ ਹੈ। ਤੋ ਜੋ ਸਟਾਰਟਿੰਗ ਦੇ ਵਿੱਚ ਮੈਂ ਪਾਈ ਸੀ ਲਾਈਨ ਇੱਕ, ਉਹ ਪਹਿਲਾਂ ਤਾਸ਼ਲਾ ਸੀ ਸ਼ੌਂਕ ਮਿੱਠੀਏ, ਫਿਰ ਜੱਟ ਦੀ ਮਜਬੂਰੀ ਬਣਿਆ, ਉਹ ਭੱਜ ਕਿਵੇਂ ਜਾਂਦਾ ਨਹੀਂ ਉਹ ਪੁੱਤ ਸ਼ੇਰ ਦਾ, ਗੋਲੀਆਂ ਦੇ ਅੱਗੇ ਤਾਂ ਹੀ ਸੀਨਾ ਤਣਿਆ। ਅਤੇ ਜੋ ਲਫਜ਼ਾਂ ਲਈ ਵੀ ਮੈਂ ਗੱਲ ਕੀਤੀ ਹੈ ਵੀ ਮੈਂ ਬੋਲਣ ਦੀ ਥਾਂ ਲਿਖਣ ਨੂੰ ਆਪਣਾ ਚੁਣਿਆ, ਉਹਦੇ ਲਈ ਵੀ ਮੈਂ ਲਿਖਿਆ ਸੀਗਾ ਵੀ ਸਿੱਧੂ ਤੇਰੇ 'ਤੇ ਲਿਖੇ ਜੋ ਲਫਜ਼ ਨੇ, ਤੇਰੀ ਜ਼ਿੰਦਗੀ ਦੇ ਪੰਨੇ ਫਰੋਲ ਕੇ, ਲਿਖਤਾ ਸਕਦਾ ਹਾਂ ਭਾਵੇਂ ਦੱਸਾਂ ਨਾ ਮੈਂ ਬੋਲ ਕੇ। ਅਤੇ ਮੈਂ ਇਹ ਵੀ ਲਾਈਨਾਂ ਸਪੈਸ਼ਲ ਪਾਈਆਂ ਸੀ ਇਹਦੇ ਵਿੱਚ ਵੀ, ਦੇਖੋ ਬੋਲਣ ਵਾਲਾ ਵੀ ਚਲਾ ਜਾਂਦਾ ਹੈ, ਸੁਣਨ ਵਾਲਾ ਵੀ ਚਲਾ ਜਾਂਦਾ ਹੈ, ਵੇਖਣ ਵਾਲਾ ਵੀ ਚਲਾ ਜਾਂਦਾ ਹੈ, ਲਿਖਣ ਵਾਲਾ ਵੀ ਚਲਾ ਜਾਂਦਾ ਹੈ, ਪਿੱਛੇ ਰਹਿ ਜਾਂਦੀ ਹੈ ਤਾਂ ਲਿਖਤ, ਉਹ ਲਿਖਤ ਸਦੀਆਂ ਤੱਕ ਜ਼ਿੰਦਾ ਰਹਿੰਦੀ ਹੈ। ਇਸ ਲਈ ਮੈਂ ਸਿੱਧੂ ਮੂਸੇਵਾਲੇ ਦੀ ਬੋਲਣ ਤੋਂ ਵੱਧ ਲਿਖਣ ਦੇ ਉੱਤੇ ਜ਼ੋਰ ਦਿੱਤਾ।
कोई इहो जिहा किस्सा है उन्हां दी जिंदगी दा जो किसी नूं ना पता होवे पर तुहानूं पता होवे ते तुसीं इस किताब दे विच लिखा होवे? तकरीबन सिद्धू मूसेवाले दी गल्लां इदां दियां सीगियां। वो कोई गल छुपा के नहीं सी जी करदा। वो हर स्टेज ते चढ़ के इक्को गल कहिंदा सी वी तुसीं मेरे गीतां चैनलां ते यूट्यूब ते देखते ही रहिंदे हो, सुनते ही रहिंदे हो, मेरियां गल्लां सुनिया करो। मैं कहना की चाहुंदा, मैं उही गल्लां सुनियां ते उही मैं इस किताब दे विच ऐड कीतियां होईयां। मैं एक लड़ी दे विच सिद्धू दे गीतां नूं, उहदियां गल्लां नूं, उहदे बोले बोलां नूं लिख के पेश कर रहा तां कि वी दर्शकां तक एक लड़ी जली जावे वी, ते उहनां नूं सिद्धू दे जो बोलण दा जो उसदा एक नजरिया सी लोकां नूं की समझाना चाहुंदा सी उस बारे पता चल सके। ते एक मैं सिद्धू दी माता लई लाइनां लिखियां सी, इहदे विच मेरा एक टॉपिक सीगा, उहदे च लिखिया सी, दस दिलावे छड हवेली लाले दूर क्यों डेरे ने, सिद्धू मैनू कोई ना दिसदा घूमदे वेखे मूसे लोक बथेरे ने, विच हवेली आ जा सिद्धुआ कर दे आके छावां तू, आ बुक्कल विच ठंडा कर दे तपदे मां प्यो दियां सावां नूं, अखां भी हुण तक तक थकियां तकदियां तेरियां रावां नूं, लोड़ है तेरी तोड़ है तेरी मां प्यो दियां बाहां नूं, आ बुक्कल विच ठंडा कर दे तपदे मां प्यो दियां सावां नूं, हंझू मुक्के हंझू सुक्के अखां चों निगाहां चों सिद्धू जट ना दिसदा मुड़ के पिंड मूसे दियां रावां नूं, आ बुक्कल विच ठंडा कर दे तपदे मां प्यो दियां सावां नूं। जदों आपां हुण हवेली जाने आ कदे भी सिद्धू मूसेवाले दी माता चरण कौर जी ते पिता बलकौर सिंह नूं वेखदे आ तां उहनां नूं वेख के इह लाइनां मैं लिखियां सीगियां वी उह इक एडे वड्डे लैजेंड पुत नूं गवा के अज किदां जिंदगी जी रहे ने। हर किसे उत्थे हवेली आए उहदे चाहुण वाले विचों सिद्धू दे चाहुण वाले विचों उह आपणे इक पुत दी तस्वीर देखदे ने। वो देखते हैं भी हाँ अज सिद्धू की कमाई की सी, सिद्धू की कमाई करके ही अज मेरी पिता जी नाल बात भी हुई सी बापू बलकौर सिंह जी नाल, ते वो भी यही दसते सी भी सानू कौन जानता सी, असी तो एक आम जे इंसान से, अज सिद्धू करके सानू बच्चा बच्चा जानता है ते अज तक सानू लग्या नहीं भी सिद्धू सानू छड्ड के चला गया। असी यही सोचते हैं भी असी सिद्धू के इंतजार च बैठे हाँ। इदां दीआं गल्लां सुन के बहुत उत्थे एक भावुक भी होंने ते जो एडा वड्डा विछोड़ा पिया उहदे लई उत्थे साडे कोल बोलण लई लफ्ज़ भी कोई नहीं होंदे, असी तां इक दर्द ही बना सकदे हां ते दर्द बनाउण जांदे हां। सिद्धू दे इंसाफ लई हमेशा असी खड़े हां बापू बलकौर सिंह नाल, माता चरण कौर नाल ते सिद्धू मूसेवाले दे चाहुण वालिआं नाल, असी हमेशा खड़े रहांगे। बड़ी रीझ नाल उन्होंने हवेली बनाई सी, है हाँ ना। जी गाने विच भी उन्हां दी हवेली दा जिक्र सी, अपनी हवेली दे बाहर शूट करदे सी, है ना। जी बट देखो इन्नी रीझ नाल हवेली बना के उन्हां नूं उत्थे रहण नूं मिलिया ही नहीं। ओ देखो मैम, मैं इहदे विच वी इह लाइनां मैंशन कीतियां वी इन्नी रीझ नाल करोड़ां रुपया लगा के बनाई हवेली विच। सिद्धू नूं अपनी जिंदगी दे 28 सालां विचों 28 दिन भी कट्टणे नसीब नहीं होए। तुसीं इह लगा लो वी करोड़ां रुपया ला के हवेली बनाई। अज ओह हवेली नूं देख के जिथे सानूं सिद्धू भाई ते फखर महसूस हुंदा वी हाँ उसने हवेली बनाई है, ते सानूं इह कहिण दी लोड़ नहीं हुंदी वी सिद्धू मूसेवाले दी हवेली है। असीं जा के उहदे फखर नाल कहिंदे आ साडे भाई दी हवेली है। इह गल्लां सिद्धू मूसेवाला वी पहिलां कह चुका सी। उत्थे जा के सानूं कोई बाहरोंपन नहीं महसूस हुंदा, सानूं अपनापन महसूस हुंदा जा के उत्थे। पर त्रासदी की हो रही है भी एड्डी हवेली बना के भी सिद्धू मूसेवाला उत्थे नहीं दिखदा, वो एक तरह एक घाट है, वो नहीं पूरी हो सकती। हवेली देखते हाँ, हवेली देख के माण भी महसूस हुंदा है पर जो अखां च पानी भी टपकन लग जाता उत्थे, इक्को घाट रह गई उहदे विच भी सिद्धू दी, सिद्धू मूसेवाले दी। तुसे जदों उस हवेली दे विच गए, तुस गए सी, जी। तुसे उस खामोशी नू महसूस कीता? जी मैम खामोशी तो तुसी ये लगा लो उत्थे जाके अपने कोल कोई लफ्ज़ ही नहीं हुंदे, तुसी सिर्फ सिद्धू बारी सोचते रहिंदे हो, सिद्धू नू महसूस करदे एक तरह। जदों मैं हवेली विच गया सानू ये नहीं हुंदा कदे भी हाँ सिद्धू साडे च मौजूद नहीं, असी वेखदे हाँ घूमदे फिरदे हाँ, सानू ये लगदा भी जां तां सानू सिद्धू ने खुद बुलाया जां सिद्धू सानू वेख रिहा, साडी कोई मूवमेंट है उसदे उत्ते सिद्धू सानू नज़र रख रिहा सानू देख रिहा। ते तुसी जाके हवेली जदों जाओगे तुसी तुहानू सिद्धू दी होंद अपने आप होनी महसूस हो जाएगी उत्थे। जदों मतलब ये सारा इंसिडेंट वापरिया उस तो बाद तुसे रिसर्च वर्क करना शुरू कीती, तुसे लोकां नूं मिलना शुरू कीता, तुसे की महसूस कीता, हो की फीलिंग सी लोकां दी, किन्ने की ज्यादा अपसेट सी हो इस न्यूज़ तो, किस तरह अपने दर्द नूं तुहाडे अग्गे उन्होंने बयान कीता? दर्द तां मैम इन्ना सीगा उहदे च भी उहनां कोल अल्फाज नहीं सीगे बोलण लई भी सिद्धू भाई सानूं छड्ड के चला गया इत्थों भी इस दुनिया चो नहीं रहा, उन्होंने को अल्फाज नहीं सी, वो सिर्फ उन्होंने अखा चो सानू महसूस हो जाता सी।
ਤੇ ਉਹ ਅੱਜ ਵੀ ਤੁਸੀਂ ਇਹ ਦੇਖ ਲਓ ਇਹੀ ਬੋਲਦੇ ਨੇ, ਇਹੀ ਪੁੱਛਦੇ ਨੇ ਵੀ ਹਾਂ ਸਾਨੂੰ ਇੱਕ ਵਾਰ ਇਹ ਤਾਂ ਦੱਸ ਦਿਓ ਵੀ ਸਿੱਧੂ ਦਾ ਕਸੂਰ ਕੀ ਸੀ। ਇੰਨਾ ਵੱਡਾ ਤੁਸੀਂ ਲਗਾ ਲਓ ਮੈਮ ਵੀ ਕਰੋੜਾਂ ਰੁਪਏ ਦੇ ਹਥਿਆਰਾਂ ਦੇ ਨਾਲ ਇੱਕ ਇਨਸਾਨ ਨੂੰ ਮਾਰਿਆ ਜਾਂਦਾ, ਤੇ ਉਹ ਅਜਿਹੇ ਹਥਿਆਰ ਨੇ ਜਿਹੜੇ ਆਮ ਤਾਂ ਪੁਲਿਸ ਵਾਲਿਆਂ ਕੋਲ ਵੀ ਨਹੀਂ ਹੁੰਦੇ। ਏਡੇ ਵੱਡੇ ਹਥਿਆਰਾਂ ਦਾ ਪੰਜਾਬ 'ਚ ਆਉਣਾ ਤੇ ਪੰਜਾਬ 'ਚ ਕਈ ਦਿਨਾਂ ਤੱਕ ਰਹਿਣਾ ਤੇ ਵਾਰਦਾਤ ਕਰਕੇ ਫਿਰ ਉਹਨਾਂ ਦਾ ਗੈਪ ਵੀ ਹੋ ਜਾਣਾ, ਤੇ ਕਿਸੇ ਦਾ ਤੁਸੀਂ ਖੁਦ ਦੇਖ ਲਓ ਵੀ ਛੋਟੀ ਮੋਟੀ ਕੰਮ ਕਾਰ ਕਰਨ ਵਾਲਿਆਂ ਨੂੰ ਵੀ 100 ਟੈਨਸ਼ਨ ਹੁੰਦੀ ਆ, ਪਰ ਉਹ ਏਡਾ ਵੱਡਾ ਕੰਮ ਕਰਕੇ ਚਲੇ ਗਏ ਤੇ ਉਹ ਅਜੇ ਤੱਕ ਹਥਿਆਰ ਵੀ ਬਰਾਮਦ ਨਹੀਂ ਹੋਏ। ਇੱਕ ਇਨਸਾਨ ਲਈ ਵੀ ਕਰੋੜਾਂ ਰੁਪਇਆ ਸਿਰਫ ਹਥਿਆਰਾਂ ਉੱਤੇ ਹੀ ਖਰਚ ਕੀਤਾ ਗਿਆ। ਹਾਲਾਂਕਿ ਸਿੱਧੂ ਮੂਸੇਵਾਲੇ ਦੀ ਅਸੀਂ ਇੰਟਰਵਿਊਜ਼ ਹੁਣ ਵੀ ਦੇਖਦੇ ਹਾਂ ਤਾਂ ਉਹਨਾਂ ਦੀ ਇੰਟਰਵਿਊਜ਼ ਦੇ ਵਿੱਚ ਦੇਖਦੇ ਹਾਂ ਕਿ ਉਹ ਹਮੇਸ਼ਾ ਕਹਿੰਦੇ ਸੀ ਕਿ ਸਾਰੇ ਜਣੇ ਮਿਲ ਜੁਲ ਕੇ ਰਹੋ, ਜੀ ਹਨਾ, ਜੀ ਮਿਲ ਕੇ ਰਹੋ। ਤੁਸੀਂ ਦੇਖੋ ਵੀ ਸਿੱਧੂ ਮੂਸੇਵਾਲੇ ਨੂੰ ਸਭ ਤੋਂ ਪਹਿਲਾਂ ਆਪਣਾ ਇਲਾਕਾ ਸੀਗਾ। ਤੁਸੀਂ ਸਟਾਰਟਿੰਗ ਦੇ ਇੰਟਰਵਿਊ ਸੁਣ ਲਓ ਕੋਈ ਵੀ, ਜਦੋਂ ਉਹ ਕੈਨੇਡਾ ਦੇ ਵਿੱਚ ਸੀਗਾ ਸਟਰਗਲ ਕਰ ਰਿਹਾ ਸੀ, ਉਹਦੀਆਂ ਆਪਣੇ ਲਈ ਘੱਟ ਸ਼ਬਦ ਹੁੰਦੇ ਸੀਗੇ, ਆਪਣੇ ਇਲਾਕੇ ਲਈ ਆਪਣੇ ਲੋਕਾਂ ਲਈ ਉਹ ਵਿੱਚ ਬੋਲਦਾ ਸੀ ਵੀ ਹਾਂਜੀ ਮੈਂ ਉਸ ਪਿੰਡ ਤੋਂ ਉੱਠ ਕੇ ਆਇਆ ਜਿੱਥੇ ਨੂੰ ਬੱਸ ਵੀ ਨਹੀਂ ਸੀ ਲੰਘਦੀ, ਮੈਂ ਉਸ ਪਿੰਡੋਂ ਉੱਠ ਕੇ ਆਇਆ ਜਿੱਥੇ ਦੇ ਗਿਣਵੇਂ ਚੁਣਵੇਂ ਬੰਦੇ ਫੌਜੀ ਨੇ, ਗਿਣਵੇਂ ਚੁਣਵੇਂ ਬੰਦੇ ਇੰਜੀਨੀਅਰ ਨੇ। ਵੀ ਆਪਣੇ ਤੋਂ ਵੀ ਵੱਧ ਉਹ ਆਪਣੇ ਇਲਾਕੇ ਨੂੰ ਪਿਆਰ ਕਰਦਾ ਸੀ, ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ। ਉਸਨੇ ਤਾਂ ਹੀ ਆਪਣੇ ਅੰਤ ਤੱਕ ਆਪਣਾ ਇਲਾਕਾ ਆਪਣੀਆਂ ਜੜ੍ਹਾਂ ਨਹੀਂ ਛੱਡੀਆਂ, ਤਾਂ ਹੀ ਲੋਕਾਂ ਦਾ ਪਿਆਰ ਵੀ ਤਾਂ ਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ। ਸਿੱਧੂ ਮੂਸੇਵਾਲੇ ਨੂੰ ਲੋਕ ਯਾਦ ਕਰ ਕਰਕੇ ਅੱਜ ਵੀ ਕਿੱਦਾਂ ਖੂਨ ਦੇ ਹੰਝੂ ਰੋ ਕੇ ਜਾਂਦੇ। ਤੁਸੀਂ ਸਿੱਧੂ ਭਾਈ ਦੀ ਸਮਾਧ ਤੇ ਜਾ ਕੇ ਵੇਖੋ, ਸਿੱਧੂ ਮੂਸੇਵਾਲੇ ਦੀ ਹਵੇਲੀ ਜਾ ਕੇ ਦੇਖੋ, ਫਿਰ ਰੁਤਬੇ ਦਾ ਪਤਾ ਲੱਗਦਾ ਵੀ ਹਾਂ ਉਹ ਇਨਸਾਨ ਕੀ ਸੀ। ਹੁਣ ਜਦੋਂ ਜਿਉਂਦੇ ਜਾਗਦੇ ਇਨਸਾਨ ਤਸਵੀਰਾਂ ਬਣ ਚੁੱਕੇ ਨੇ, ਉਹ ਤੋਂ ਬਾਅਦ ਜੋ ਉਸਦੀ ਇੱਕ ਘਾਟ ਹੈ ਉਹਦਾ ਪਤਾ ਉਸ ਟਾਈਮ ਲੱਗਦਾ ਜੀ। ਤੇ ਮੈਂ ਵੀ ਜਦੋਂ ਹਵੇਲੀ 'ਚ ਗਿਆ ਤਾਂ ਬਾਪੂ ਬਲਕੌਰ ਸਿੰਘ ਨੂੰ ਮਿਲ ਕੇ, ਜਦੋਂ ਮੈਂ ਵਾਪਸ ਆ ਰਿਹਾ ਸੀ ਤਾਂ ਸਿੱਧੂ ਬਾਈ ਦੀ ਬਰਸੀ 'ਤੇ ਇੱਕ ਬੁੱਤ ਆਇਆ ਸੀ ਹਵੇਲੀ ਦੇ ਵਿੱਚ ਸਿੱਧੂ ਬਾਈ ਦਾ, ਉਹ ਇੱਕ ਬਰਾਂਡੇ ਦੇ ਵਿੱਚ ਸੀਗਾ। ਉਹ ਚਲੋ ਜਦੋਂ ਮੈਂ ਮਿਲ ਕੇ ਵਾਪਸ ਆ ਗਿਆ ਮਾਤਾ ਜੀ ਨੂੰ ਅਤੇ ਬਾਪੂ ਜੀ ਨੂੰ, ਤਾਂ ਬਾਪੂ ਜੀ ਨੇ ਕਿਹਾ ਮੁਲਾਜ਼ਮ ਨੂੰ, ਪੁਲਿਸ ਮੁਲਾਜ਼ਮ ਨੂੰ, ਵੀ ਇਹਨਾਂ ਨੂੰ ਵੀ ਮੁੰਡੇ ਮੋਹਾਲੀ ਤੋਂ ਆਏ ਨੇ, ਇਹਨਾਂ ਨੂੰ ਜਾ ਕੇ ਬੁੱਤ ਦਿਖਾ ਕੇ ਆਓ। ਅਤੇ ਬੁੱਤ ਦੇਖਿਆ ਸਾਹਮਣੇ, ਉਹ ਵੱਡੇ ਬਰਾਂਡੇ ਸੀਗਾ ਹਵੇਲੀ ਦੇ ਨਾਲ ਹੀ। ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਸਿੱਧੂ ਮੂਸੇਵਾਲੇ ਦਾ ਬੁੱਤ ਸੀਗਾ। ਉਹਦੀਆਂ ਮੈਂ ਲਾਈਨਾਂ ਵੀ ਵਿੱਚ ਐਡ ਕੀਤੀਆਂ। ਅਤੇ ਤੁਸੀਂ ਇਹ ਲਗਾ ਲਓ ਵੀ ਮੈਂ ਜਾ ਕੇ ਫਟਾਫਟ ਭੱਜ ਕੇ ਜਾ ਕੇ ਜੱਫੀ ਪਾ ਲਈ ਬੁੱਤ ਨੂੰ, ਅਤੇ ਉਹ ਹੱਥ ਨੂੰ ਟੱਚ ਕੀਤਾ, ਬਿਲਕੁਲ ਇੱਦਾਂ ਹੀ ਲੱਗਦਾ ਵੀ ਹਾਂ ਉਹ ਹੁਣ ਬੋਲੇਗਾ, ਹੁਣ ਬੋਲੇਗਾ। ਜੋ ਮੇਰੀਆਂ ਸਾਰੇ ਦਿਨ ਦੀਆਂ ਗੱਲਾਂ ਸੀ, ਕੋਈ ਕੁਐਸਚਨ ਸੀਗੇ, ਉਹ ਸਾਰੀ ਗੱਲਾਂ ਦੇ ਜਵਾਬ ਮੈਨੂੰ ਸਿੱਧੂ ਮੂਸੇਵਾਲੇ ਬਾਈ ਦੀ ਚੁੱਪ ਤੋਂ ਮਿਲ ਗਏ। ਉਹਦੇ ਲਈ ਮੈਂ ਦੋ ਲਾਈਨਾਂ ਵੀ ਚਾਰ ਐਡ ਕੀਤੀਆਂ ਸੀ ਕਿਤਾਬ 'ਚ, ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ। ਤੇਰਾ ਪਿਆਰ ਏ ਮੁੱਕਣਾ ਨਹੀਂ, ਅੱਖੀਆਂ ਨੇ ਰੁਕਣਾ ਨਹੀਂ, ਤੇਰਾ ਬੁੱਤ ਦੇਖਿਆ ਮੈਂ ਬਾਹਾਂ 'ਚੋਂ ਛੁੱਟਣਾ ਨਹੀਂ, ਕੋਈ ਅਲਖ ਜਗਾ ਜਾਵੇ ਖੈਰ ਝੋਲੀ ਪਾ ਜਾਵੇ, ਇੱਕ ਸਾਂ ਹੀ ਬਾਕੀ ਨੇ ਖੌਰੇ ਰੱਬ ਹੀ ਪਾ ਜਾਵੇ, ਸਾਂ ਹੀ ਤਾਂ ਬਾਕੀ ਨੇ ਖੌਰੇ ਰੱਬ ਹੀ ਪਾ ਜਾਵੇ। ਵੀ ਤੁਸੀਂ ਇਹ ਲਗਾ ਲਓ ਸਿੱਧੂ ਮੂਸੇਵਾਲੇ ਦਾ ਬੁੱਤ ਦੇਖ ਕੇ ਅਤੇ ਬੁੱਤ ਦਾ ਇੱਕ ਸਾਹਮਣਾ ਕਰਨਾ, ਉਹ ਕੋਈ ਮੇਰੇ ਲਈ ਸੌਖੀ ਗੱਲ ਨਹੀਂ ਸੀਗੀ। ਉਹ ਮੈਂ ਹੀ, ਮੈਨੂੰ ਪਤਾ ਵੀ ਮੈਂ ਉੱਧਰ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਸਾਹਮਣਾ ਕਿੱਦਾਂ ਕੀਤਾ, ਜਿਸ ਨੂੰ ਤੁਸੀਂ ਇੰਨਾ ਪਸੰਦ ਕਰਦੇ ਹੋ, ਆਪਣਾ ਫੇਵਰੇਟ ਮੰਨਦੇ ਹੋ, ਆਪਣੀ ਪ੍ਰੇਰਣਾ ਮੰਨਦੇ ਹੋ, ਜਦੋਂ ਉਸ ਇਨਸਾਨ ਦੀ ਜਗ੍ਹਾ ਉਸਦੇ ਬੁੱਤ ਨਾਲ ਤੁਹਾਡਾ ਸਾਹਮਣਾ ਹੋਵੇਗਾ ਤਾਂ ਬਹੁਤ ਹਿੰਮਤ ਚਾਹੀਦੀ ਹੈ ਤੁਹਾਡੀ ਉਸ ਬੁੱਤ ਦੇ ਨਾਲ ਗੱਲਾਂ ਕਰਨ ਲਈ ਅਤੇ ਉਹਦੇ ਸਾਹਮਣੇ ਖੜਨ ਲਈ। ਹਮੇਸ਼ਾ ਸਾਰਿਆਂ ਦੇ ਨਾਲ ਪਿਆਰ ਨਾਲ ਰਹਿੰਦੇ ਸੀ, ਹਨਾ, ਬਟ ਹਾਲਾਂਕਿ ਆਏ ਦਿਨ ਉਹ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਸ਼ਿਕਾਰ ਵੀ ਹੋਏ ਰਹਿੰਦੇ ਸੀ, ਹਨਾ, ਤੇ ਤੁਸੀਂ ਉਹਨਾਂ ਦੀ ਉਹਨਾਂ ਕੰਟਰੋਵਰਸੀਜ਼ ਦੇ ਬਾਰੇ ਜ਼ਿਕਰ ਕੀਤਾ ਹੈ ਇਸ ਕਿਤਾਬ ਦੇ ਵਿੱਚ ਜਾਂ ਕੁਛ ਮੈਂ ਲਿਖਿਆ? ਕੀਤਾ, ਜ਼ਿਕਰ ਕੀਤਾ ਹੋਇਆ ਮੈਮ। ਤੁਸੀਂ ਇਹ ਲਗਾ ਲਓ ਵੀ ਸਿੱਧੂ ਮੂਸੇਵਾਲਾ ਜਦੋਂ ਸਟਰਗਲ ਕਰ ਰਿਹਾ ਸੀ ਤਾਂ ਕੰਟਰੋਵਰਸੀ ਤਾਂ ਇੱਥੋਂ ਖੁਦ ਹੀ ਸਟਾਰਟ ਕੀਤੀ ਸੀ ਜੋ ਉਹਨਾਂ ਦੇ ਵਿਰੋਧੀ ਸੀਗੇ। ਤੁਸੀਂ ਇਹ ਲਗਾ ਲਓ ਸਟਾਰਟਿੰਗ ਦੇ ਵਿੱਚ ਸ਼ਕਲ 'ਤੇ ਹੀ ਕਮੈਂਟ ਪਾਸ ਕਰੀ ਗਏ ਹੋ, ਸ਼ਕਲ 'ਤੇ ਹੀ ਗੱਲਾਂ ਬਣਾਈ ਗਈ ਵੀ ਹਾਂ ਇਹ ਸੋਹਣਾ ਨਹੀਂ, ਇਹ ਇੱਕੋ ਲੈ 'ਚ ਗਾਈ ਜਾਂਦਾ, ਇਹ ਇਹਨੂੰ ਗਾਣਾ ਨਹੀਂ ਆਉਂਦਾ, ਇਹ ਉੱਠ ਕੇ ਆ ਗਿਆ ਜੀ, ਇਹ ਬਹੁਤ 100 ਗੱਲਾਂ ਕਰਦੇ ਸੀਗੇ। ਪਰ ਸਿੱਧੂ ਮੂਸੇਵਾਲਾ ਆਪਣੀ ਚਾਲ ਚੱਲਦਾ ਜਾਂਦਾ ਰਿਹਾ, ਉਹਨੇ ਕਿਸੇ ਨੂੰ ਸਾਹਮਣੇ ਬੋਲ ਕੇ ਨਹੀਂ ਕਿਹਾ ਵੀ ਉਹਦਾ ਜਵਾਬ ਨਹੀਂ ਦਿੱਤਾ, ਉਹਨੇ ਆਪਣੇ ਗੀਤਾਂ ਰਾਹੀਂ ਆਪਣੀ ਕਾਮਯਾਬੀ ਰਾਹੀਂ ਸਾਰਿਆਂ ਦਾ ਜਵਾਬ ਦਿੱਤਾ। ਇਹਦੇ ਵਿੱਚ ਤੁਸੀਂ ਇਹ ਲਗਾ ਲਓ ਕਿ ਅੱਜ ਛੋਟੇ ਬੱਚੇ ਤੋਂ ਲੈ ਕੇ ਵੀ, ਤੁਸੀਂ ਲਗਾ ਲਓ 3 ਤੋਂ 5 ਸਾਲ ਦੇ ਬੱਚੇ ਤੋਂ ਲੈ ਕੇ ਵੀ 80 ਸਾਲ ਦੇ ਬਜ਼ੁਰਗ ਤੱਕ ਤੁਸੀਂ ਪੁੱਛੋਗੇ, ਸਿੱਧੂ ਮੂਸੇਵਾਲੇ ਨੂੰ ਹਰ ਕੋਈ ਜਾਣਦਾ ਅਤੇ ਹਰ ਕੋਈ ਕਹਿੰਦਾ ਵੀ ਹਾਂ ਵੀ ਜੋ ਸੀ ਉਹ ਲੈਜੈਂਡ ਸੀ, ਦਿਲਾਂ ਦੇ ਵਿੱਚ ਹੈ, ਉਹਨਾਂ ਦੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਸਾਡੇ ਵੀ ਘਰ ਮੇਰਾ ਭਤੀਜਾ ਸੀ ਅਭਿਜੋਤ ਸਿੰਘ ਅਤੇ ਮੇਰੀ ਭਤੀਜੀ ਏਕਮ ਵੈਦਵਾਨ, ਮੈਂ ਜਦੋਂ 29/5/23 ਨੂੰ ਆਪਣੀ ਬਰਸੀ 'ਤੇ ਜਾ ਰਿਹਾ ਸੀਗਾ ਆਪਣਾ ਮੂਸੇ, ਤਾਂ ਸਵੇਰੇ 6 ਵਜੇ ਮੈਂ ਨਿਕਲਿਆ ਘਰ ਤੋਂ। ਉਹਨਾਂ ਨੇ ਜਿੱਦ ਕੀਤੀ ਕਿ ਮੈਂ ਨਾਲ ਜਾਣਾ, ਵੀ ਅਸੀਂ ਨਾਲ ਜਾਣਾ, ਅਸੀਂ ਜਾ ਕੇ ਰਹਿਣਾ। ਗਰਮੀ ਦੀਆਂ ਛੁੱਟੀਆਂ ਇਸ ਸਾਲ ਹੋ ਚੁੱਕੀਆਂ ਸੀ,
मैं उन्होंने यही बोलिया भी तुसीं रहन दो भी आपां फिर चलांगे जे भीड़ बड़ी होएगी, पर वो मन्ने नहीं, वो मेरे नाल गए उत्थे। ते मैं ये गल तां सारे सामने दसण लग्गिआं भी उन्हां दी सोच की है, एक दी 10 साल उम्र, एक दी 12 साल उम्र। और सारे रास्ते में तो कुछ नहीं पूछे, कुछ नहीं बोले, सिद्धू मूसे वाली दी गल्लां करदे रहे, हवेली दी गल्लां करदे रहे, किन्ने दूर रह गया। मैं उन्होंने दसदा रहा भी हाँ जी राजपुर आ गया, पटियाला आ गया, भवानी गढ़ आ गया, सुनाम आ गया, असी हवेली पहुंचे। हवेली पहुंचने दे जदों मेरी गड्डी चो उतरे, हवेली दे सामने पार्किंग है, जदों उतरे उन्हां दी की डिमांड सी वो मैं तुहाडे सामने दसण लग्गिआ। उन्हां दी की डिमांड सी, वो कहिंदे सी भी चाचा जी आपां ने मूसे पिंड दी मिट्टी घर लै के जाणी। अच्छा, हाँ, बच्चा नहीं बच्चियां दी कहना। डिमांड सी, सारे रास्ते मैंने कुछ बोले नहीं। वो कहिंदे सी आपां ने मूसे पिंड दी मिट्टी लै के जाणी है, इस मिट्टी चों सिद्धू मूसे वाला पैदा होया, लैजेंड बनया, कामयाब होया, ते इस मिट्टी दे विचों समो गया। मैं उन्होंने लिए 4 लाइनां भी लिखियां। सिद्धू मूसे वाले वे तेरे लिए हर अख रोईए, बच्चे तेनों लभदे ने मूसे दी मिट्टी विचों, खुशबू तेरी टिब्बियां दे पुत टिब्बियां विच ही समोई है। ते वो फिर मैं लिफाफे दे विच मिट्टी पा के अपने घर लेके आया, वो अज भी साडे घर पई है गमले च। वो यही कहिंदे सी भी सानू एक तरह सिद्धू मूसे वाले दा अपनापन महसूस हुंदा रहेगा, भी साडे लई एक भी प्रेरणा बन के रहेगी ये मिट्टी। वो अपने सारा दिन उहदी केयर करदे आ, पूरा ध्यान रखदे आ। हाँ जी, हमेशा उन्होंने प्यार ही दिता हाँ जी, सारिया नू, ते है ना। तुसीं ये लगा लो भी बच्चियां नू किसे नू बोलण दी लोड़ नहीं, भी तुसीं सिद्धू मूसे वाले नू पसंद करो। उहदा प्यार ही इन्ना सीगा, उहदी गल्लां ही इदां दीआं सीगियां कि वो अपने आप ही सब दा फेवरेट बनदा गया। हालांकि कई लोगों का यह भी कहना सी कि जदों उन्होंने जदों राजनीति दे विच आए तब जेड़े विरोधी लोग होंदे ने, जेड़े आम जनता है ना, कुछ हाँ भी जी, बोलती हाँ है, जी, हाँ कई जी, लोग यह जे कहते सी कि इन्हें गलत स्टेप चुक लिया। राजनीति पॉलिटिक्स इहदे वास्ते सब तो ज्यादा गलत स्टेप सी जिदे करके इन्हें जिंदगी दे विच मार खाई ते इन्हां दे नाल ये हादसा नहीं नहीं वापरिया। मैम, इदां दी कोई गल नहीं सी। देखो जिन्नी रिसर्च मैं कीती है, राजनीति तां 2018 तो ही शुरू हो गई सी, दिसंबर तो, जदों माता चरण कौर ट्रक दे चुनाव निशान तो पिंड मूसे दी सरपंच बनी सीगी। सिद्धू मूसे वाला कोई अपने मनोरथ लई, अपने स्वार्थ लई नहीं सी राजनीति विच आया। वो श्रेयाम कहिंदा सीगा भी मैं तां मानसी इलाके लई राजनीति विच आया, मानसी इलाके नूं अज भी पछड़े होण दा जो एक स्टैंप लगी हुई है उहनूं मिटाउणा चाहुंदा सी। तुसीं वेखो किसे भी उहदे भाषण दे विच उहने इह नहीं कहा मैं तैनूं इह दवांगा, मैं तैनूं उह दवांगा, कदे नहीं बोलिया। उन्हें की बोलिया भी तुसीं इदां दे काबल बनो कि आपां नौकरियां मंगण वाले नहीं, नौकरियां वंडण वाले बणी हैं, इदां दे रुजगार दे जो स्रोत पैदा करिए ताकि असीं भी 4 बंदिया नूं नौकरियां दे सकीए। ते वो तुसीं देखो उन्हां दे टॉपिक, तुसीं मूसा जट मूवी वेखी होएगी, उहदे विच की सी उहनां दे मेन, किसानी हुंदी सी, किसानी दा दर्द सी, किसानी दा कर्जा सी, जो कि उन्हां ने शुरू तो एक किसानी परिवार नाल बिलोंग करदे सीगे, शुरू तो लेके अंत तक उन्होंने किसानों की गल की। हुण जदों किसानी मोर्चा अपना दिल्ली लग्या सी, सिद्धू मूसे वाला सब तो अगे सी, फ्रंट दी लाइन च सीगा हाँ उत्थे, जी, चाहे उत्थे सेवा की गल होवे, चाहे उत्थे तुसीं ये लगा लो भी किसी प्रकार की किसी मदद की गल होवे, तां सिद्धू मूसे वाले ने कदे पिट नहीं विखाई। ते तुसीं मानसा उत्थे चौंक है, तुसीं जाओगे कैंचियां बोलदे ने उधर दे लोक उहनूं, मानसा कैंचियां, उत्थे धरना सीगा। जदों मैं स्टार्टिंग च गया मैं उत्थे पुछया सी भी मूसे पिंड दा रस्ता, उत्थे मैनूं एक मिलिया आदमी, मैं उहदे नाल गल्लबात कीती, उहनूं इन्नी खुशी होई मेरे सिद्धू मूसे वाले पुछण ते। मैं उहनूं इह पुछ बैठा मैं असीं मूसे जाणा, अच्छा कहिंदा भाई तुसीं हवेली जाणा, मैं हाँ जी हवेली जाणा। उहनूं इन्नी खुशी होई है मैं उह बयान नहीं कर सकदा। उह बंदे ने भी सानूं की गल्लां बोलियां असीं दस नहीं सकदे। अच्छा उह कहिंदा भी हाँ, मैं उहनूं पुछ बैठा मैं तुसीं सिद्धू मूसे वाले नूं मिले हो, उह कहिंदे लै यार की गल्लां करदे हो, सिद्धू मूसे वाला सारा दिन रहिंदा सी, सारा दिन उह लगदा ही नहीं सी भी इन्ना उह वड्डा एक उहदा मुकाम हो गया, आम लोकां दी तरह जिंदगी जिंदा सी। कहिंदा इत्थे कैंचियां ते धरना लग्गिया सी, उह इक टिफिन दे विचों 4 बंदे बैठ के रोटी खा रहे सीगे। हाँ, अच्छा वी रोटी मंगाई होनी टिफिन, उत्थे सारा दिन धरने ते बैठे सी। कहिंदे बड़ा जबरदस्त भाषण दिता, ते उहदे च की कहिंदा सी उह लै जे यार तूं बैठ के तू मेरे नाल खा ले, इदां दी सोच सी उस इंसान दी। उहनूं इह है ही नहीं सी भी हाँ मैं मेरा मुकाम की है, वो एक आम इंसान की तरह रहिंदा सी, आम भी धरती नाल जुड़िया डाउन टू अर्थ इंसान सी वो। अच्छा मनप्रीत जी, कई लोगों ने यह भी कहा कि जदों एक इंसान बड़ा बन जाता है ना, एक लेवल अचीव कर लेता है, तो उन्होंने गैंगस्टर्स के नाल दोस्ती आम हो जाती है। तो कहा कि आपसी रंजिश करके जो है उन्होंने मौत के घाट उतारा गया, नहीं मतलब। नहीं इदां दी कोई गल नहीं हैगी। मैं किताब दे विच भी लिखिया भी ये दबाव बनाया जा रहा सीगा सिद्धू मूसे वाले ते भी, कई बंदियां वल्लों, ला लो तुसीं स्रोता राहो, कई एजेंसियां राहो, भी हाँ सानू अपना गॉडफादर मन, भी सानू तू अपना गॉडफादर मन, ते जो असीं कहने आ वो कर,
ਇਹੀ ਧਮਕੀਆਂ ਮਿਲਦੀਆਂ ਸੀ ਉਹਨੂੰ ਵੀ ਤੂੰ ਇਹ ਨਾ ਕਰ, ਤੂੰ ਉਹ ਨਾ ਕਰ। ਅੱਛਾ ਹਾਂ, ਉਹਦੇ 'ਚ ਸਿੱਧੂ ਮੂਸੇਵਾਲੇ ਦੀ ਤੁਸੀਂ ਕੋਈ ਵੀ ਗੀਤ ਚੱਕ ਕੇ ਵੇਖ ਲਓ, ਉਹਨੇ ਆਪਣੀ ਲਾਈਫ ਲਿਖੀ ਹੈ, ਆਪਣੀ ਲਾਈਫ ਬਾਰੇ ਗਾਇਆ ਉਹਨੇ, ਸੱਚਾਈ ਲਿਖੀ ਹੈ। ਸੱਚਾਈ ਲਿਖੀ ਹੈ। ਹੁਣ ਉਹਦੇ 'ਚ ਇੱਕ ਜਗ੍ਹਾ ਲਿਖਦਾ ਉਹ ਕਹਿੰਦਾ, ਸੌਖੀ ਨਹੀਂ ਹੋ ਫੇਮ ਗੱਲ ਕਹਾਂ ਜੋ ਵੀ ਦਿਲ ਦੀ ਹੈ, ਧਮਕੀ ਸਵੇਰੇ ਚਾਹ ਨਾ ਗੋਲੀ ਵਾਲੀ ਮਿਲਦੀ ਹੈ। ਹੁਣ ਤੁਸੀਂ ਇਹ ਲਗਾ ਲਓ ਵੀ ਉਹਨੂੰ ਧਮਕੀਆਂ ਡੇਲੀ ਮਿਲਦੀਆਂ ਸੀ ਵੀ ਹਾਂ ਵੀ ਤੈਨੂੰ ਜਾਨੋਂ ਮਾਰ ਲਾਂਗੇ ਆਪਾਂ, ਤੂੰ ਸਾਨੂੰ ਗੋਡਫਾਦਰ ਮੰਨ। ਪਰ ਉਹ ਗੋਡਫਾਦਰ ਕਿਹਨੂੰ ਮੰਨਦਾ ਸੀ? ਉਹ ਪਰਮਾਤਮਾ ਨੂੰ ਗੋਡਫਾਦਰ ਮੰਨਦਾ ਸੀ। ਉਹ ਕਹਿੰਦਾ ਸੀ ਵੀ ਮੈਨੂੰ ਜਿਸ ਪਰਮਾਤਮਾ ਦੀ ਮਿਹਰ ਦਾ ਹੱਥ ਮੇਰੇ ਸਿਰ ਤੇ ਰਹੂਗਾ, ਜਿੰਨਾ ਮੇਰਾ ਲਿਖਿਆ ਮੈਂ ਉਨਾ ਟਾਈਮ ਜੀ ਕੇ ਜਾਵਾਂਗਾ, ਮੈਂ ਕਿਸੇ ਦੀ ਏਨ ਨਹੀਂ ਮੰਨੀ। ਤੇ ਉਹ ਲਾਸਟ ਤੱਕ ਆਪਣੀਆਂ ਸ਼ਰਤਾਂ ਦੇ ਉੱਤੇ ਹੀ ਜ਼ਿੰਦਗੀ ਜੀ ਕੇ ਗਿਆ। ਹਾਂਜੀ, ਤੇ ਜਦੋਂ ਤੁਸੀਂ ਕਿਤਾਬ ਲਿਖੀ ਹਨਾ, ਹਾਂਜੀ, ਤੁਹਾਨੂੰ ਕੋਈ ਇਹੋ ਜਿਹੇ ਫੋਨ ਆਏ ਜਾਂ ਥ੍ਰੈਟਨਿੰਗ ਕਾਲਸ ਦਾ ਤੁਹਾਨੂੰ ਕੋਈ ਸਾਹਮਣਾ ਕਰਨਾ ਪਿਆ, ਕਿਸੇ ਨੇ ਤੁਹਾਨੂੰ ਕੋਈ ਧਮਕੀ ਦਿੱਤੀ ਹੋਵੇ? ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ ਆਈ। ਪਰ ਕਮੈਂਟ ਬੜੇ ਆਉਂਦੇ ਆ ਕਈ ਵਾਰ। ਇੱਕ ਮੈਨੂੰ ਕਮੈਂਟ ਆਇਆ ਸੀ, ਕਹਿੰਦਾ ਹਾਂ ਕੀ ਲਿਖਿਆ ਤੂੰ ਇਸ ਕਿਤਾਬ ਦੇ ਵਿੱਚ, ਵੀ ਉਸਨੇ ਸਾਰੀ ਉਮਰ ਨਫ਼ਰਤੀ ਫੈਲਾਈ ਹੈ। ਫਿਰ ਮੈਂ ਬੜੇ ਪਿਆਰ ਨਾਲ ਜਵਾਬ ਦਿੰਦਾ ਹੁੰਦਾ, ਮੈਂ ਉਹਨੂੰ ਇਹ ਬੋਲਿਆ, ਦੇਖੋ ਇਹੋ ਜਿਹੇ ਲੋਕ ਵੀ ਨੇ। ਜੀ, ਮੈਂ ਉਹਨੂੰ ਇਹ ਬੋਲਿਆ, ਮੈਂ ਯਾਰ ਸ਼ਾਇਦ ਤੁਸੀਂ ਭੁੱਲ ਗਏ ਵੀ ਹੁਣ 22 ਦੁਨੀਆ 'ਚ ਨਹੀਂ ਰਿਹਾ, ਵੀ ਹੁਣ ਦੱਸੋ ਕਿੰਨਾ ਕੁ ਪਿਆਰ ਫੈਲਾਤਾ ਤੁਸੀਂ, ਵੀ 22 ਤਾਂ ਨਫ਼ਰਤ ਫੈਲਾਉਂਦਾ ਸੀ, ਵੀ ਤੁਹਾਡਾ ਕੋਈ ਐਗਜ਼ਾਮਪਲ ਤਾਂ ਦਿਓ ਨਾ ਵੀ ਹਾਂ ਹੁਣ ਤੁਸੀਂ ਪਿਆਰ ਵੰਡ ਰਹੇ ਹੋ। ਤੇ ਇੱਕ ਨੇ ਬੋਲਿਆ ਵੀ ਕਹਿੰਦਾ ਹਾਂ ਕਿਤਾਬ ਲਿਖਣ ਦੀ ਕੀ ਲੋੜ ਪੈ ਗਈ, ਉਹ ਕੀ ਮਹਾਨ ਹੋ ਗਿਆ। ਫਿਰ ਮੈਂ ਉਹਨੂੰ ਇਹੀ ਦੱਸਿਆ, ਮੈਂ ਯਾਰ ਜੇ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਇਨਸਾਨ ਦਾ ਰੁਤਬਾ ਕੀ ਸੀ, ਉਹਨੇ ਪੰਜਾਬ ਦੀ ਪੰਜਾਬੀ ਗਾਇਕੀ ਨੂੰ ਹਾਲੀਵੁੱਡ ਤੱਕ ਪਹੁੰਚਾ ਤਾ, ਉਹ ਖੁਦ ਮੰਨਦਾ ਸੀ ਕਹਿੰਦਾ ਮੇਰਾ ਮੁਕਾਬਲਾ ਇੱਥੇ ਹੈ ਹੀ ਨਹੀਂ ਕਿਸੇ ਨਾਲ, ਇੱਥੇ ਦੇ ਅੰਦਰ ਲੀਰਾਂ ਹੀ ਦੱਸਦਾ ਸੀਗਾ ਸਿੱਧੂ ਮੂਸੇਵਾਲਾ। ਉਹਦਾ ਤਾਂ ਰੁਤਬਾ ਇਹ ਸੀ ਕਿ ਉਹਦਾ ਮੁਕਾਬਲਾ ਹਾਲੀਵੁੱਡ ਤੋਂ ਵੀ ਉੱਪਰ ਤੱਕ ਦੀਆਂ ਹਸਤੀਆਂ ਨਾਲ ਸੀ, ਜੋ ਜਿਹੜੇ ਉਹ ਹਾਲੀਵੁੱਡ ਤੋਂ ਵੀ ਉੱਪਰ ਦੀਆਂ ਰੁਤਬਾ ਰੱਖਦੇ ਸੀ, ਉਹਨਾਂ ਨਾਲ ਸੀਗਾ ਮੁਕਾਬਲਾ। ਪਰ ਇਹ ਲੋਕ ਪੁੱਛਦੇ ਆ ਵੀ ਹਾਂ ਕਿਤਾਬ 'ਚ ਕੀ ਲਿਖਤਾ, ਉਹ ਇੰਨਾ ਮਹਾਨ ਹੋ ਗਿਆ ਤੂੰ ਕਿਤਾਬਾਂ ਲਿਖਣ ਲੱਗ ਪਿਆ। ਇਹ ਲੋਕਾਂ ਨੂੰ ਅਜੇ ਵੀ ਇਹਨਾਂ ਦੀ ਅੱਖਾਂ ਨਹੀਂ ਖੁੱਲੀਆਂ ਹੈਗੀਆਂ। ਮਨਪ੍ਰੀਤ, ਤੁਸੀਂ ਉਹਨਾਂ ਦੇ ਡੈਥ ਦਾ ਅਸਲੀ ਰੀਜ਼ਨ ਇਸ ਕਿਤਾਬ ਦੇ ਵਿੱਚ ਮੈਂਸ਼ਨ ਕੀਤਾ? ਮੈਂ ਮੈਂਸ਼ਨ ਇਹਦੇ ਵਿੱਚ ਇਹ ਕੀਤਾ ਵੀ ਦੇਖੋ, ਬੇਸ਼ੱਕ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ, ਸਿੱਧੂ ਮੂਸੇਵਾਲੇ ਦੇ ਕਤਲ ਲਈ ਗੈਂਗਸਟਰਾਂ ਦਾ ਇਸਤੇਮਾਲ ਹੋਇਆ, ਪਰ ਉਹਨਾਂ ਦਾ ਇਸਤੇਮਾਲ ਹੀ ਕੀਤਾ ਗਿਆ। ਜਿੱਦਾਂ ਹੁਣ ਤੁਸੀਂ, ਮੈਂ ਵਿੱਚ ਵੀ ਲਿਖਿਆ ਕਿਤਾਬ ਦੇ ਵੀ ਇੱਕ ਆਪਣੀ ਗੱਡੀ ਨੂੰ ਚਲਾਉਣ ਲਈ ਵੀ 4 ਟਾਇਰਾਂ ਦੀ ਲੋੜ ਪੈਂਦੀ ਹੈ। ਇਹ ਸਿਰਫ ਗੈਂਗਸਟਰਾਂ ਦਾ ਇੱਕ ਪੱਖ ਹੀ ਪੇਸ਼ ਕੀਤਾ ਗਿਆ ਹੁਣ ਤੱਕ, ਵੀ ਬਾਕੀ ਜੋ ਲੋਕ ਇਹਦੇ ਵਿੱਚ ਸੀਗੇ ਉਹਨਾਂ ਦਾ ਹਲੇ ਚਿਹਰੇ ਛੁਪੇ ਹੋਏ ਨੇ। ਅਤੇ ਸਿੱਧੂ ਨੂੰ ਮਾਰਨ ਦਾ ਵੀ ਉਸ ਦਿਨ ਐਡੀ ਵੱਡੀ ਪਲੈਨਿੰਗ ਇਹੋ ਸੀਗੀ ਵੀ ਹਾਂ ਸਿੱਧੂ ਮੂਸੇਵਾਲੇ ਦਾ ਕਤਲ ਕਰਕੇ ਹੀ ਜਾਇਆ ਜਾਵੇ, ਕਿਉਂਕਿ ਜੇਕਰ ਸਿੱਧੂ ਮੂਸੇਵਾਲਾ ਬਚ ਜਾਂਦਾ ਤਾਂ ਉਹਨੇ ਸਾਰੇ ਚਿਹਰੇ ਬੇਨਕਾਬ ਕਰ ਦੇਣੇ ਸੀ। ਅਤੇ ਛੁਪੇ ਹੋਏ ਚਿਹਰੇ ਚੰਗੀ ਤਰ੍ਹਾਂ ਜਾਣਦੇ ਸੀ ਵੀ ਹਾਂ ਸਿੱਧੂ ਦਾ ਕਤਲ ਉਹਨਾਂ ਲਈ ਕਿੰਨਾ ਕੁ ਜ਼ਰੂਰੀ ਹੈ। ਓਕੇ, ਇਸ ਦੇ ਨਾਲ ਹੀ ਉਹਨਾਂ ਦੀ ਜਦੋਂ ਇਹ ਖਬਰ ਬਾਹਰ ਆਈ ਕਿ ਹੁਣ ਉਹ ਨਹੀਂ ਰਹੇ ਨੇ, ਉਹਨਾਂ ਦੇ ਵਿਆਹ ਦਾ ਵੀ ਜ਼ਿਕਰ ਹੋਇਆ, ਹਾਂਜੀ, ਮੀਡੀਆ ਉਸ ਕੁੜੀ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ, ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਸੀ। ਜੀ ਜੀ, ਤੁਸੀਂ ਉਹਨਾਂ ਦੇ ਵਿਆਹ ਨੂੰ ਲੈ ਕੇ ਆਪਣੀ ਕਿਤਾਬ ਦੇ ਵਿੱਚ ਕੋਈ ਜ਼ਿਕਰ ਕੀਤਾ ਹੋਵੇ? ਮੈਂ ਦੇਖੋ ਮੈਮ, ਜਿੰਨੀ ਕਿ ਮੇਰੀ ਸਰਚ ਪਤਾ ਲੱਗਿਆ ਵੀ ਸਿੱਧੂ ਮੂਸੇਵਾਲੇ ਦਾ ਤਕਰੀਬਨ ਵਿਆਹ ਨੇੜੇ ਹੀ ਸੀਗਾ, ਇਹਨਾਂ ਦੀ ਮਾਤਾ ਜੀ ਦੀ ਵੀ ਇੰਟਰਵਿਊ 'ਚ ਵੀ ਸੁਣਿਆ, ਮੈਂ ਪਿੰਡ ਦੇ ਲੋਕਾਂ ਤੋਂ ਵੀ ਸੁਣਿਆ। ਪਰ ਨਿੱਤ ਜਾਨੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਕਾਰਨ ਵੀ ਸਿੱਧੂ ਮੂਸੇਵਾਲੇ ਨੇ ਕਈ ਵਾਰ ਆਪਣੇ ਵਿਆਹ ਦੀ ਤਰੀਕ ਅੱਗੇ ਕੀਤੀ ਹੈ। ਹਾਂਜੀ ਹਾਂਜੀ। ਅੱਛਾ, ਕਿਹਾ ਜਾ ਰਿਹਾ ਕਾਫੀ ਲੋਕਾਂ ਨੂੰ ਨਾ ਇੱਦਾਂ ਕਿਹਾ ਗਿਆ ਕਿ ਅਗਰ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਨੇ ਇੰਟਰਵਿਊਜ਼ ਦੇ ਵਿੱਚ ਜਾਂ ਆਪਣੇ ਗਾਣਿਆਂ ਦੇ ਵਿੱਚ ਜ਼ਿਕਰ ਕਰ ਰਹੇ ਨੇ ਜਾਂ ਆਪਣੇ ਯੂਟਿਊਬ ਚੈਨਲ ਤੇ ਕੁਝ ਵੀ ਕੰਟੈਂਟ ਬਣਾ ਰਹੇ ਨੇ ਉਹਨਾਂ ਨੂੰ ਲੈ ਕੇ, ਤੋ ਸਿੰਪਥੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹਨਾ ਜੀ, ਤੇ ਮਤਲਬ ਆਪਣੇ ਆਪ ਨੂੰ ਮੀਡੀਆ ਦੇ ਅੱਗੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਦੇ ਅੱਗੇ, ਹਨਾ, ਤੁਹਾਨੂੰ ਹਾਲੇ ਤੱਕ ਕੁਛ ਇਹੋ ਜਿਹੇ ਕਮੈਂਟਸ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਿ ਲੋਕ ਤੁਹਾਨੂੰ ਕਹਿ ਰਹੇ ਹੋਣ ਕਿ ਬਸ ਇਹ ਤਾਂ ਸਿੰਪਥੀ ਲੈ ਰਿਹਾ ਹੈ ਜਾਂ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੂਸੇਵਾਲੇ ਦਾ ਜ਼ਿਕਰ ਕਰਕੇ ਉਹਨਾਂ ਦੇ ਉੱਤੇ ਕਿਤਾਬ ਲਿਖ ਕੇ? ਨਹੀਂ ਮੈਮ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਪਹਿਲਾਂ ਵੀ ਦੱਸ ਚੁੱਕਿਆ ਜੋ ਮੈਂ ਇੱਕ ਆਪਣੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਰਿਹਾ ਸੀਗਾ। ਜੋ ਮੇਰੀ ਸਟਾਰਟਿੰਗ ਮੈਂ ਬੁੱਕਸ ਛਪਾਈ ਸੀ ਉਹ ਮੇਰਾ ਕੋਈ ਇਹ ਮਨੋਰਥ ਨਹੀਂ ਸੀ ਵੀ ਮੈਂ ਆਪਣੀ ਪ੍ਰਸਿੱਧੀ ਲਈ ਛਪਾਈ ਆ ਕੋਈ, ਮੈਂ ਸਿਰਫ ਇੱਕ ਸ਼ਰਧਾਂਜਲੀ ਦੇ ਤੌਰ ਤੇ ਮੈਂ ਵੰਡੀ ਸੀਗੀ 1000 ਕਾਪੀਜ਼ ਆਪਣੀ ਪਹਿਲੀ ਕਿਤਾਬ ਦੀ। ਤੇ ਮੇਰਾ ਮੇਨ ਮਨੋਰਥ ਇਹ ਸੀਗਾ ਕਿ ਮੈਂ ਸਿੱਧੂ ਮੂਸੇਵਾਲੇ ਦੀ ਫੋਟੋ ਘਰ ਘਰ ਤੱਕ ਪਹੁੰਚਾਵਾਂ, ਮੇਰੀ ਕਿਤਾਬ ਕੋਈ ਪੜ੍ਹੇ, ਮੈਨੂੰ ਇਸ ਗੱਲ ਦਾ ਨਹੀਂ ਵੀ ਪੜ੍ਹੇ ਨਾ ਪੜ੍ਹੇ, ਚਾਹੇ ਮੈਨੂੰ ਕੋਈ ਚੰਗਾ ਕਹੇ ਮਾੜਾ ਕਹੇ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਚਾਹੁੰਦਾ ਕਿ ਹਰ ਕਿਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਮਿਲੇ। ਉਹਨੇ ਗੀਤ 'ਚ ਵੀ ਬੋਲਿਆ ਸੀਗਾ ਵੀ ਜਿੱਤੀ ਨਹੀਂ ਤਸੀਰ ਕਿਤੇ ਮੁੱਲ ਨਾ ਕਰੋ, ਅੰਤ ਨੂੰ ਤੂੰ ਵੇਖ ਤਸਵੀਰਾਂ ਵਿਕੀਆਂ। ਤੇ ਜੋ ਗੱਲਾਂ ਉਹ ਬੋਲ ਕੇ ਚਲਾ ਗਿਆ ਉਹ ਤੁਹਾਡੇ ਸਾਹਮਣੇ ਆ, ਅੱਜ ਤਸਵੀਰਾਂ ਵੀ ਵਿਕਰੀਆਂ ਨੇ ਸਿੱਧੂ ਮੂਸੇਵਾਲੇ ਦੀਆਂ।
ਤੇ ਮੈਂ ਇੱਕ ਆਪਣੀ ਕਿਤਾਬ ਦੇ ਵਿੱਚ ਲਾਹੌਰ ਵਾਲਾ ਸੂਰਮਾ, ਲਾਹੌਰ ਵਾਲੇ ਕਹਿੰਦੇ ਸੂਰਮਾ ਕਿਸੇ ਵਿਰਲੀ ਹੀ ਮਾਂ ਦੀ ਕੁੱਖੋਂ ਜਨਮਦਾ, ਵੀ ਮੁੰਡਾ ਸਿੱਧੂਆਂ ਦਾ ਅੱਗ ਕੱਢਦਾ ਸਾਲਾ ਦੁਨੀਆ ਦਾ ਸੜਨਾ ਦਾ ਬਣਦਾ। ਇਹਦੇ ਵਿੱਚ ਲਾਹੌਰ ਦਾ ਵੀ ਜ਼ਿਕਰ ਕੀਤਾ, ਅੱਛਾ ਉਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਇੱਕ ਆਪਣਾ ਦਿਲ ਦੀ ਤਮੰਨਾ ਸੀ, ਚਾਹ ਸੀ ਉਹਦੀ ਵੀ ਮੈਂ ਪਾਕਿਸਤਾਨ ਜਾਵਾਂ, ਪਾਕਿਸਤਾਨ ਹਾਂਜੀ ਜਾ ਕੇ ਆਪਣਾ ਉੱਥੇ ਅਖਾੜਾ ਲਾਵਾਂ। ਵੀ ਤੁਸੀਂ ਇਹ ਲਗਾ ਲਓ, ਇੰਡੀਆ ਤੋਂ ਵੀ ਵੱਧ ਲੋਕੀ ਪਿਆਰ ਕਰਦੇ ਨੇ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਅੱਜ ਵੀ ਸਿੱਧੂ ਮੂਸੇਵਾਲੇ ਨੇ, ਸਿੱਧੂ ਮੂਸੇਵਾਲੇ ਦੇ ਟੈਟੂ ਤੁਹਾਨੂੰ ਉੱਥੇ ਆਮ ਦੇਖਣ ਨੂੰ ਮਿਲ ਗਏ। ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਯੂਜ਼ ਕੀਤੀ ਹੈ, ਉੱਥੇ ਪੋਸਟਰਾਂ ਤੇ ਵੇਖਿਆ ਗਿਆ ਫੋਟੋ ਨੂੰ। ਤੇ ਬਹੁਤ ਜ਼ਿਆਦਾ ਹੋਟਲਾਂ ਦੇ ਨਾਮ ਵੀ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਮ ਤੇ ਮਿਲਣਗੇ, ਮਿਲਣਗੇ ਤੇ ਹਾਂਜੀ ਉਹ ਦਿਲ ਦੀ ਤਮੰਨਾ ਬਾਈ ਦੀ ਇੱਕ ਦਿਲ 'ਚ ਰਹਿ ਗਈ। ਤੇ ਉਹਦੇ ਲਈ ਮੈਂ ਦੋ ਲਾਈਨਾਂ ਵੀ ਲਿਖੀਆਂ ਨੇ। ਧਰਤੀ ਲਾਹੌਰ ਦੀ ਉਡੀਕ ਰਹੀ, ਤੱਕਦੀ ਏ ਨਿਤਰਾਵਾਂ ਨੂੰ, ਆ ਜਾ ਸਿੱਧੂ ਮੂਸੇਵਾਲਿਆ, ਅਸੀਂ ਖੜੇ ਖੋਲ ਕੇ ਬਾਹਾਂ ਨੂੰ, ਤੂੰ ਖੁਦ ਕਿਹਾ ਸੀ ਲਾਹੌਰ ਆਉਣਾ, ਆ ਕੇ ਗੀਤ ਤੂੰ ਗਾਉਣਾ ਸੀ, ਅੱਜ ਸਿੱਧੂ ਸਿੱਧੂ ਰੋਂਦੇ ਲਾਹੌਰ ਵਾਲੇ, ਜਿਨ੍ਹਾਂ ਨੂੰ ਤੂੰ ਗੀਤ ਸੁਣਾਉਣਾ ਸੀ। ਤੇ ਵਾਹ ਇੱਕ ਹੋਰ ਲਿਖਿਆ, ਕਿੰਜ ਭੁੱਲੀਏ ਤੇਰਾ ਪਿਆਰ, ਤੂੰ ਹੀ ਤਾਂ ਪਾਇਆ ਏ, ਕਿਉਂ ਸਿੱਧੂ ਆਵੇ, ਤੂੰ ਸਾਨੂੰ ਇੰਜ ਰਵਾਇਆ ਏ, ਇੱਕ ਦੀਦ ਹੀ ਤਾਂ ਮੰਗੀ ਸੀ ਵੇ ਤੇਰੇ ਦੀਦਾਰ ਲਈ, ਇੱਕ ਸ਼ੋਅ ਹੀ ਤਾਂ ਮੰਗਿਆ ਸੀ ਵੇ ਤੇਰੇ ਪਿਆਰ ਲਈ, ਵੇ ਕਦੋਂ ਆ ਕੇ ਤੂੰ ਲਾਹੌਰ ਫੇਰੀ ਪਾਵੇਂਗਾ, ਵੇ ਕਦੋਂ ਚੜ੍ਹ ਕੇ ਸਟੇਜ ਤੇ ਤੂੰ ਥਾਪੀ ਲਾਵੇਂਗਾ, ਵੇ ਖੁੱਲ੍ਹਾ ਰਸਤਾ ਏ ਬਾਰਡਰ ਤੋਂ ਪਾਰ ਦਾ, ਮੁੱਲ ਪਾ ਦੇ ਵੇ ਤੂੰ ਪਾ ਦੇ ਇਕਰਾਰ ਦਾ। ਇਹ ਇਕਰਾਰ ਸੀ ਸਿੱਧੂ ਮੂਸੇਵਾਲੇ ਦਾ, ਵੀ ਮੈਂ ਲਾਹੌਰ ਜਾਣਾ, ਮੈਂ ਪਾਕਿਸਤਾਨ ਜਾਣਾ, ਪਰ ਉਹ ਤਮੰਨਾ ਸਿੱਧੂ ਬਾਈ ਦੀ ਅਧੂਰੀ ਦਿਲ ਰਹਿ ਚ ਹੀ ਗਈ। ਰਹਿ ਗਈ, ਅਧੂਰੀ ਰਹਿ ਗਈ। ਅੱਛਾ, ਇਸ ਕਿਤਾਬ ਦੇ ਪਿੱਛੇ ਨਾ ਉਹਨਾਂ ਦੀ ਮਦਰ ਦੇ ਨਾਲ ਤੁਹਾਡੀ ਤਸਵੀਰ ਹੈ, ਹਾਂਜੀ ਹੈ ਨਾ? ਹਾਂਜੀ, ਇਹ ਜ਼ਰੂਰ ਪੁੱਛਣਾ ਚਾਹੂੰਗੀ ਮੈਂ, ਜਦੋਂ ਤੁਸੀਂ ਉਹਨਾਂ ਨੂੰ ਕਿਤਾਬ ਦਿਖਾਈ, ਇਸ ਕਿਤਾਬ ਦਾ ਜ਼ਿਕਰ ਕੀਤਾ ਉਹਨਾਂ ਦੇ ਅੱਗੇ, ਉਹਨਾਂ ਦਾ ਕੀ ਰਿਐਕਸ਼ਨ ਸੀ? ਤੁਸੀਂ ਇਹ ਲਾਓ ਵੀ ਜਦੋਂ ਮੈਂ ਸਿੱਧੂ ਮੂਸੇਵਾਲੇ ਦੀ ਕਿਤਾਬ ਦਿੱਤੀ ਹੈ ਮਾਤਾ ਚਰਨ ਕੌਰ ਨੂੰ, ਉਹਨਾਂ ਨੂੰ ਹੱਥ 'ਚ ਇੱਕ ਤਰ੍ਹਾਂ ਭੇਟ ਕੀਤੀ ਹੈ ਉਹਨਾਂ ਨੂੰ, ਉਹਨਾਂ ਨੇ ਸਭ ਤੋਂ ਪਹਿਲਾਂ ਕਿਤਾਬ ਦੇ ਉੱਤੇ ਹੱਥ ਫੇਰਿਆ। ਅੱਛਾ, ਸਿੱਧੂ ਮੂਸੇਵਾਲੇ ਦੀ ਫੋਟੋ ਦੇ ਉੱਤੇ ਇੱਦਾਂ ਹੱਥ ਫੇਰ ਕੇ ਮਹਿਸੂਸ ਕੀਤਾ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਤੇ ਉਹਨਾਂ ਕੋਲ ਵੀ ਕੋਈ ਲਫ਼ਜ਼ ਨਹੀਂ ਸੀਗੇ, ਮੇਰੇ ਕੋਲ ਵੀ ਕੋਈ ਲਫ਼ਜ਼ ਨਹੀਂ ਸੀਗੇ, ਮੈਂ ਤਾਂ ਸਿਰਫ ਹੱਥ ਜੋੜ ਕੇ ਖੜਿਆ ਹੀ ਸੀ ਉੱਥੇ, ਵੀ ਮੈਂ ਆਪਣੀ ਇੱਕ ਬੁੱਕ ਲਿਖੀ ਆ ਸਿੱਧੂ ਬਾਈ ਤੇ, ਜੋ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸੀ, ਇਕਰਾਰ ਕਰਕੇ ਗਿਆ ਸੀ, ਤੇ ਅੱਜ ਮੈਂ ਪਬਲਿਸ਼ ਕਰਵਾਈ ਆ, ਤੇ ਕੱਲ ਮੈਂ ਡਿਸਟ੍ਰੀਬਿਊਟ ਕਰਨੀ ਆ ਲੋਕਾਂ ਦੇ ਵਿੱਚ। ਤੇ ਉਹਨਾਂ ਨੇ ਫੜ ਕੇ ਬੁੱਕ ਸਭ ਤੋਂ ਪਹਿਲਾਂ ਇਦਾਂ ਹੱਥ ਫੇਰਿਆ ਸਿੱਧੂ ਮੂਸੇਵਾਲੇ ਦੀ ਕਿਤਾਬ ਦੇ ਉੱਤੇ ਜੀ। ਇੰਨਾ ਉਹਨਾਂ ਨੂੰ ਇੱਕ ਤਰ੍ਹਾਂ ਤੁਸੀਂ ਇਹ ਲਾ ਲਓ ਵੀ ਮਹਿਸੂਸ ਕੀਤਾ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ, ਤੇ ਉਹ ਖੁਸ਼ ਵੀ ਹੁੰਦੇ ਆ। ਦੇਖੋ ਜੋ ਸਿੱਧੂ ਦਾ ਵਿਛੋੜਾ ਪਿਆ ਉਹ ਤਾਂ ਹੁਣ ਭੁਲਾਇਆ ਨਹੀਂ ਜਾਂਦਾ, ਪਰ ਇਸ ਕਰਕੇ ਹੁੰਦੇ ਆ ਵੀ ਹਾਂ ਸਿੱਧੂ ਦੀ ਕਮਾਈ ਸੀ ਵੀ ਅੱਜ ਲੋਕੀ ਆਉਂਦੇ ਆ। ਤੁਸੀਂ ਇਹ ਲਾ ਲਓ ਵੀ ਕਿਤਾਬ ਨੂੰ ਵੀ ਮੇਰੀ ਨੂੰ ਆਪਾਂ ਸਾਈਡ ਤੇ ਰੱਖਦੇ ਆ, ਸਿੱਧੂ ਮੂਸੇਵਾਲੇ ਲਈ ਗੀਤ ਲਿਖ ਕੇ ਬਹੁਤ ਲੋਕੀ ਲੈ ਕੇ ਆਉਂਦੇ, ਕਵਿਤਾ ਲਿਖ ਕੇ, ਛੋਟੇ ਛੋਟੇ ਬੱਚੇ ਵੀ ਲੈ ਕੇ ਆਉਂਦੇ ਆ ਉੱਥੇ, ਉੱਥੇ ਆ ਕੇ ਸੁਣਾਉਂਦੇ ਆ, ਫਿਰ ਆਪਾਂ ਨੂੰ ਸਿੱਧੂ ਮੂਸੇਵਾਲੇ ਦੀ ਕਮਾਈ ਦਾ ਪਤਾ ਚੱਲਦਾ। ਹਾਂਜੀ ਹਾਂਜੀ, ਇਹ ਕਿਤਾਬ ਜਦੋਂ ਤੁਸੀਂ ਪਬਲਿਸ਼ ਕਰਵਾਉਣੀ ਸੀ, ਥੋੜੀ ਇਨਸਿਕਿਉਰਿਟੀ ਫੀਲ ਹੋਈ ਤੁਹਾਨੂੰ ਕਿ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਹੋਇਆ? ਨਹੀਂ ਨਹੀਂ ਜੀ, ਡਰ ਤਾਂ ਦੇਖੋ ਇਹੋ ਜਿਹੇ ਦਿਨ ਤਾਂ ਨਾ ਸਿੱਧੂ ਮੂਸੇਵਾਲਾ ਜੰਮਿਆ ਨਾ ਆਪਾਂ ਜੰਮੇ, ਆਪਾਂ ਸਿੱਧੂ ਮੂਸੇਵਾਲੇ ਦੇ ਫੈਨ ਆ। ਤੇ ਪਰ ਮੈਨੂੰ ਪਬਲਿਸ਼ ਕਰਾਉਣ ਲਈ ਕਾਫੀ ਦਿੱਕਤ ਆਈ ਹੈ, ਕਾਫੀ ਪਬਲਿਸ਼ਰ ਨੇ ਮੇਰਾ ਦੇਖ ਕੇ, ਨਾਮ ਦੇਖ ਕੇ ਬੁੱਕ ਦਾ ਸਿੱਧੂ ਮੂਸੇਵਾਲਾ ਪੜ੍ਹ ਕੇ ਮੈਨੂੰ ਮਨਾ ਕਰਤਾ। ਕਿਉਂ? ਪਤਾ ਨਹੀਂ ਕੋਈ ਉਹਨਾਂ ਨੂੰ ਆਪਣਾ ਡਰ ਹੋਏਗਾ, ਮੈਨੂੰ ਕੋਈ ਡਰ ਨਹੀਂ ਸੀ, ਪਰ ਪਹਿਲੇ ਦਿਨ ਤੋਂ ਹੀ ਨਹੀਂ ਸੀ, ਜਿਸ ਦਿਨ ਤੋਂ ਮੈਂ ਆਪਣਾ ਕਲਮ ਚੁੱਕੀ ਹੈ ਉਸ ਦਿਨ ਤੋਂ ਹੀ ਡਰ ਨਹੀਂ ਸੀ। ਫਿਰ ਮੈਨੂੰ ਮਿਲੇ ਇੱਥੇ ਆਪਣੇ ਲੋਕਲੀ ਨੇ ਮੋਹਾਲੀ ਦੇ ਪਬਲਿਸ਼ਰ, ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਹੈ, ਉਹਨਾਂ ਨੇ 2 ਮਿੰਟ ਦੇ ਵਿੱਚ ਮੇਰੀ ਗੱਲ ਸੁਣੀ ਤੇ ਉਹ ਮੰਨ ਗਏ, ਉਹ ਕਹਿੰਦੇ ਵੀ ਆਪਾਂ ਤੇਰੀ ਬੁੱਕ ਜ਼ਰੂਰ ਛਾਪਾਂਗੇ। ਅੱਛਾ, ਇਸ ਦੇ ਨਾਲ ਹੀ ਤੁਸੀਂ, ਮੈਂ ਦੇਖਿਆ ਇਹ ਤੁਹਾਡੀ ਪਹਿਲੀ ਇੰਟਰਵਿਊ ਹੈ, ਤੁਸੀਂ ਹੋਰ ਜੀ ਮੀਡੀਆ ਹਾਊਸ ਤੋਂ ਵਿੱਚ ਨਹੀਂ ਲੈ ਕੇ ਗਏ ਇਸ ਕਿਤਾਬ ਨੂੰ? ਨਹੀਂ ਨਹੀਂ ਮੈਂ ਲੈ ਕੇ ਨਹੀਂ ਗਿਆ, ਪਰ ਮੈਂ ਕੰਟੈਕਟ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਹੈ ਬਹੁਤ। ਤੁਸੀਂ ਇਹ ਲਗਾ ਲਓ ਵੀ ਤਕਰੀਬਨ 28/5/23 ਦੀ ਮੇਰੀ ਕਿਤਾਬ ਆਈ ਹੋਈ ਹੈ, ਤਕਰੀਬਨ ਕਿੰਨਾ ਟਾਈਮ ਹੋ ਗਿਆ। ਤੇ ਮੈਂ ਬਹੁਤ ਜ਼ਿਆਦਾ ਮੀਡੀਆ ਵਾਲਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਸਿੱਧੂ ਦੀ ਬਾਈ ਦੀ ਹਵੇਲੀ ਦੇ ਅੱਗੇ 24 ਘੰਟੇ ਘੁੰਮਦੇ ਰਹਿੰਦੇ ਆ ਉੱਥੇ ਆਪਣੇ ਵਿਊ ਲਈ, ਆਪਣੀ TRP ਲਈ, ਉਹ ਵੀ ਇਹ ਕਹਿੰਦੇ ਵੀ ਨਾ ਜੀ ਅਸੀਂ ਅਜੇ ਪ੍ਰਮੋਸ਼ਨ ਨਹੀਂ ਕਰ ਸਕਦੇ, ਤੁਹਾਡੀ ਇੰਟਰਵਿਊ ਨਹੀਂ ਲੈ ਸਕਦੇ, ਸਾਡੇ ਕੋਲ 3 ਮਹੀਨੇ ਟਾਈਮ ਨਹੀਂ। ਤੇ ਮੈਂ ਇੱਕ ਨਾਂ ਨਹੀਂ ਦੱਸਦਾ ਤੁਹਾਨੂੰ ਆਪਣਾ ਮੀਡੀਆ ਵਾਲੇ ਦਾ, ਉਹਨੇ ਮੇਰੇ ਨਾਲ ਗੱਲ ਕੀਤੀ ਵੀ ਹਾਂ ਸਾਡੇ ਕੋਲ 3 ਮਹੀਨੇ ਟਾਈਮ ਨਹੀਂ ਤੇ ਸਾਡੀ ਪੇਡ ਹੈ ਤੇ 15,000 ਰੁਪਇਆ ਤੁਹਾਡੀ ਫੀਸ ਲੱਗੇਗੀ। ਮੈਂ ਉਹਨੂੰ ਕਹਿੰਦਾ ਮੈਂ ਕੋਈ ਦਿੱਕਤ ਨਹੀਂ ਯਾਰ, ਆਪਾਂ ਫੀਸ ਦੇ ਦਾਂਗੇ, ਚਲੋ ਆਪਾਂ 3 ਮਹੀਨੇ ਬਾਅਦ ਗੱਲ ਕਰ ਲਾਂਗੇ। ਉਹ ਫੋਨ ਕਾਲ 'ਤੇ ਮੇਰੇ ਨਾਲ 3 ਮਹੀਨੇ ਤੋਂ ਲੈ ਕੇ 1 ਦਿਨ 'ਤੇ ਆ ਗਿਆ, ਤੇ ਉਹਦੀ ਅੱਛਾ ਫੀਸ 15,000 ਤੋਂ ਘੱਟ ਕੇ 3,000 'ਤੇ ਰਹਿ ਗਈ। ਅੱਛਾ, ਉਹ ਕਹਿੰਦਾ ਵੀ ਤੂੰ 3,000 ਦੇ, ਮੈਂ ਤੇਰੀ ਕੱਲ੍ਹ ਹੀ ਇੰਟਰਵਿਊ ਲੈ ਲੈਂਦਾ। ਫਿਰ ਮੈਂ ਉਹਨੂੰ ਇਹ ਕਿਹਾ ਮੈਂ ਯਾਰ ਬਾਈ ਤੁਹਾਡੇ ਕੋਲ ਟਾਈਮ ਨਹੀਂ, ਮੈਨੂੰ ਵੀ ਥੋੜ੍ਹਾ ਕੰਮ ਹੈ, ਮੈਂ 3 ਮਹੀਨੇ ਬਾਅਦ ਹੀ ਤੁਹਾਡੇ ਨਾਲ ਗੱਲ ਕਰਾਂਗਾ। ਅਤੇ ਮੈਂ ਇਹੀ ਚਾਹੁੰਦਾ ਵੀ ਮੀਡੀਆ ਨੂੰ ਵੀ ਚਾਹੀਦਾ ਵੀ ਸਿੱਧੂ ਮੂਸੇਵਾਲੇ ਦੇ ਨਾਮ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ, ਹਾਂਜੀ ਆਪਣਾ ਕੋਈ ਸਵਾਰਥ ਅੱਗੇ ਰੱਖ ਕੇ ਨਾ ਪ੍ਰਚਾਰਿਆ ਜਾਵੇ। ਜੇਕਰ
ਕੋਈ ਬੰਦਾ ਸਿੱਧੂ ਮੂਸੇ ਵਾਲੇ ਨੇ ਵੀ ਕਿਹਾ ਵੀ ਜੇਕਰ ਕੋਈ ਬੰਦਾ ਅੱਗੇ ਆਉਣਾ ਚਾਹੁੰਦਾ ਤਾਂ ਉਹਨੂੰ ਆਉਣ ਦੇ ਉਹਦੀਆਂ ਲੱਤਾਂ ਨਾ ਖਿੱਚੋ ਤੁਸੀਂ ਬਿਲਕੁਲ ਤੁਸੀਂ ਉਹਦਾ ਸਹਿਯੋਗ ਕਰੋ। ਮੈਂ ਵੀ ਮੀਡੀਆ ਤੋਂ ਉਹੀ ਚਾਹੁੰਦਾ ਵੀ ਸਹਿਯੋਗ ਚਾਹੁੰਦਾ ਇੱਕ ਤਰ੍ਹਾਂ ਦਾ। ਤੁਸੀਂ ਫੇਕ TRP ਲਈ ਜਾ ਕੇ ਉੱਥੇ ਸਾਰਾ ਦਿਨ ਮੂਸੇ ਕਵਰਿੰਗ ਕਰਦੇ ਰਹਿੰਦੇ ਹੋ, ਜਦੋਂ ਸਿੱਧੂ ਮੂਸੇ ਵਾਲੇ ਦੇ ਨਾਮ ਦੀ ਗੱਲ ਹੋਵੇ ਉਹਦੇ ਕੋਈ ਬੰਦਾ ਕੁਛ ਕੋਸ਼ਿਸ਼ ਕਰ ਰਿਹਾ ਸਿੱਧੂ ਮੂਸੇ ਵਾਲੇ ਨੂੰ ਪ੍ਰਚਾਰਨ ਦੀ, ਤੁਸੀਂ ਉਹਨੂੰ ਪਿੱਛੇ ਧੱਕਦੇ ਹੋ, ਇਹ ਵੀ ਗੱਲ ਸਹੀ ਨਹੀਂ ਹੈ। ਹਾਂਜੀ, ਤੇ ਮੈਂ ਹਾਲੇ ਤੱਕ ਸੁਣਿਆ ਕਿ ਇਹ ਤੁਹਾਡੀ ਕਿਤਾਬ ਦਾ ਸੈਕਿੰਡ ਐਡੀਸ਼ਨ ਹੈ, ਜੀ ਜੀ ਹਾਲੇ ਥਰਡ ਐਡੀਸ਼ਨ ਹੋ ਰੋਣਾ ਮੈਂ ਸਿੱਧੂ ਮੂਸੇ ਵਾਲੇ ਬਾਕੀ ਦੀ ਹੈ। ਲਾਈਫ ਤੇ ਤਾਂ ਲਿਖਦੇ, ਤੁਸੀਂ ਇਹ ਲਗਾ ਲਓ, ਮੈਂ ਪਹਿਲਾਂ ਹੀ ਵੀ ਬੋਲ ਚੁੱਕਿਆ ਵੀ ਚਾਹੇ ਮੇਰੀ ਸਾਰੀ ਜ਼ਿੰਦਗੀ ਨਿਕਲ ਜਾਵੇ ਤੇ ਜੋ ਉਹਨਾਂ ਦੀਆਂ ਗੱਲਾਂ ਪਤਾ ਲੱਗਦੀਆਂ, ਨਵੀਂ ਤੋਂ ਨਵੀਂ ਗੱਲ ਪਤਾ ਲੱਗਦੀ ਹੈ, ਕੋਈ ਜਾਣਕਾਰ ਮਿਲਦਾ ਸਿੱਧੂ ਮੂਸੇ ਵਾਲੇ ਦਾ, ਤੇ ਮੈਨੂੰ ਲੱਗਦਾ ਵੀ ਤਕਰੀਬਨ 10 ਐਡੀਸ਼ਨ ਤਾਂ ਆਣਗੇ ਇਸ ਕਿਤਾਬ ਦੇ, ਜਿਹਦੇ ਵਿੱਚ ਵੀ ਤਕਰੀਬਨ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਹਾਂ ਆਪਾਂ ਨੇ ਵੀ ਸਿੱਧੂ ਮੂਸੇ ਵਾਲੇ ਦੀ ਲਾਈਫ ਤੇ ਇੱਕ ਚੰਗੀ ਕਿਤਾਬ ਲਿਖੀ ਹੈ। ਹਾਲੇ ਤੱਕ ਤੁਹਾਡੀ ਕਿਤਾਬ ਨੂੰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ? ਰਿਸਪੌਂਸ ਬੜਾ ਚੰਗਾ ਮਿਲ ਰਿਹਾ ਜੀ, ਵਧੀਆ ਮਿਲ ਰਿਹਾ, ਕਾਫੀ ਫੋਨ ਕਾਲਸ ਆਉਂਦੇ ਨੇ, ਚੰਗੇ ਵੀ ਆਉਂਦੇ ਨੇ ਮਾੜੇ ਵੀ ਆਉਂਦੇ ਨੇ। ਅੱਛਾ, ਹਾਂਜੀ, ਪਰ ਚਲੋ ਫਿਰ ਵੀ ਘੱਟੋ ਘੱਟ ਜੋ ਇਨਸਾਨ ਕੋਈ ਗੱਲਬਾਤ ਕਰ ਰਿਹਾ ਤੇ ਉਹ ਪੜ੍ਹ ਕੇ ਹੀ ਗੱਲਬਾਤ ਕਰ ਰਿਹਾ, ਇੱਕ ਤਰ੍ਹਾਂ ਸਿੱਧੂ ਮੂਸੇ ਵਾਲੇ ਨੂੰ ਦੇਖਦਾ ਪੜ੍ਹਦਾ ਉਹ ਤੋਂ ਬਾਅਦ ਹੀ ਅਗਲਾ ਕਾਲ ਕਰਦਾ, ਆਪਾਂ ਦਾ ਮੋਸਟ ਵੈਲਕਮ ਹੈ ਜੀ ਦੋਨਾਂ ਨੂੰ। ਜਿਹੜੇ ਚਾਹੁਣ ਵਾਲੇ ਨੇ ਉਹਨਾਂ ਨੂੰ ਵੀ ਜੋ ਨਿੰਦਦੇ ਰਹਿਣਾ, ਵੀ ਸਿੱਧੂ ਮੂਸੇ ਵਾਲੇ ਨੇ ਵੀ ਕਿਹਾ ਵੀ 24 ਘੰਟੇ ਨਾਲੇ ਨਿੰਦਦੇ ਪ੍ਰਾਹੁਣੇ ਨੂੰ ਨਾਲੇ ਉਹਦੇ ਇਕੱਲੇ ਇਕੱਲੇ ਗੀਤ ਯਾਦ ਨੇ। ਉਹੀ ਹੈ ਗੱਲ ਵੀ ਸਿੱਧੂ ਮੂਸੇ ਵਾਲੇ ਨੂੰ ਜਾਣਦੇ ਸਾਰੇ ਨੇ, ਉਹਦੀ ਸੱਚਾਈ ਨੂੰ ਵੀ ਸਾਰੇ ਜਾਣਦੇ ਨੇ, ਪਰ ਇੱਕ ਆਦਤ ਹੁੰਦੀ ਹੈ ਨਾ, ਉਹ ਬੰਦੇ ਆਦਤ ਤੋਂ ਮਜਬੂਰ। ਕੋਈ ਇਹੋ ਜਿਹਾ ਮਹਾਨ ਸ਼ਖਸ ਹੋਵੇ ਜਾਂ ਕੋਈ ਸੈਲੀਬ੍ਰਿਟੀ ਹੋਵੇ ਜਿਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੋਵੇ ਤੇ ਉਹਨਾਂ ਦੀ ਸਪੈਸ਼ਲੀ ਉਹਨਾਂ ਦਾ ਸਪੈਸ਼ਲੀ ਫੋਨ ਆਇਆ ਹੋਵੇ ਤੁਹਾਨੂੰ ਤਾਰੀਫ ਕਰਨ ਦੇ ਲਈ? ਨਹੀਂ ਜੀ, ਦੇਖੋ ਆਪਾਂ ਵੀ ਆਮ ਇਨਸਾਨ ਆ ਇੱਕ, ਤੇ ਮੇਰੀਆਂ ਬੁੱਕਸ ਵੀ ਹੁਣ ਤੱਕ ਆਮ ਇਨਸਾਨਾਂ ਨੇ ਪੜ੍ਹੀਆਂ, ਉਹਨਾਂ ਦੇ ਫੋਨ ਆਉਂਦੇ ਨੇ, ਤੇ ਮੇਰੇ ਇੱਕ ਫਰੈਂਡ ਨੇ ਵੀ ਮੈਨੂੰ ਇਹੀ ਕੁਐਸਚਨ ਕੀਤਾ ਸੀ, ਕਹਿੰਦਾ ਯਾਰ ਤੇਰੇ ਇੰਸਟਾ ਦੇ ਉੱਤੇ 16-17 ਸੌ ਫੋਲੋਵਰ ਨੇ, ਕਹਿੰਦੇ ਕੁਝ ਵੀ ਨਹੀਂ, ਤੇ ਇਹਨਾਂ 'ਚ ਖਾਸ ਕੌਣ ਹੈ? ਮੈਂ ਉਹਨੂੰ ਇੱਕ ਗੱਲ ਦਾ ਜਵਾਬ ਦਿੱਤਾ ਸੀ, ਮਹਾ ਇਹਨਾਂ 'ਚੋਂ ਖਾਸ ਕੋਈ ਨਹੀਂ, ਪਰ ਇਹਨਾਂ ਸਾਰਿਆਂ ਲਈ ਮੈਂ ਬਹੁਤ ਖਾਸ ਹਾਂ ਜਿਹਨਾਂ ਨੇ ਮੈਨੂੰ ਫੋਲੋ ਕੀਤਾ ਹੋਇਆ, ਤੇ ਹਾਲੇ ਤੱਕ ਤਾਂ ਇਹ ਲਗਾ ਲਓ ਤੁਸੀਂ ਵੀ ਮੈਂ ਹੀ ਖਾਸ ਹਾਂ ਸਾਰਿਆਂ ਲਈ, ਕਿਸੇ ਖਾਸ ਪਰਸਨ ਦਾ ਕੋਈ ਫੋਨ ਮੈਨੂੰ ਹਾਲੇ ਤੱਕ ਨਹੀਂ ਆਇਆ। ਅੱਗੇ ਚੱਲ ਕੇ ਤੁਹਾਡੇ ਕੀ ਪਲਾਨਸ ਨੇ, ਥਰਡ ਐਡੀਸ਼ਨ ਦੇ ਵਿੱਚ ਕੀ ਲੈ ਕੇ ਆਉਂਗੇ ਵੱਖਰਾ? ਮੇਰੀ ਸਰਚ ਇਹੀ ਚੱਲੇ ਸਿੱਧੂ ਮੂਸੇ ਵਾਲੇ ਤੇ ਹੀ ਸਾਰੀ, ਉਹਨਾਂ ਦੀ ਲਾਈਫ ਦੀ ਕੋਈ ਵੀ ਮੈਨੂੰ ਗੱਲ ਪਤਾ ਲੱਗਦੀ ਹੈ ਮੈਂ ਉਹ ਵੱਧ ਤੋਂ ਵੱਧ ਲੋਕਾਂ ਦਾ ਹੀ ਲੋਕਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਹੀ ਚਾਹੁੰਦਾ ਵੀ ਸਿੱਧੂ ਮੂਸੇ ਵਾਲੇ ਦੀ ਹਰ ਗੱਲ ਲੋਕਾਂ ਨੂੰ ਪਤਾ ਚੱਲੇ, ਵੀ ਜੇ ਆਪਾਂ ਪ੍ਰਚਾਰ ਕਰਨਾ ਹੀ ਬੰਦ ਕਰਤਾ ਉਹਦਾ ਤਾਂ ਸਾਡੇ ਲਈ ਵੀ ਨੁਕਸਾਨ ਹੈ ਤੇ ਸਿੱਧੂ ਮੂਸੇ ਵਾਲੇ ਲਈ ਵੀ ਨੁਕਸਾਨ ਹੈ। ਮੈਂ ਇਹੀ ਚਾਹੁੰਦਾ ਵੀ ਵੱਧ ਤੋਂ ਵੱਧ ਗੱਲਾਂ ਆਉਣ ਜੋ ਲੋਕਾਂ ਨੂੰ ਪਤਾ ਚੱਲਣ। ਇਹੋ ਜਿਹਾ ਕੋਈ ਇਨਸੀਡੈਂਟ ਹੋਇਆ ਹਾਲੇ ਤੱਕ ਕਿ ਕਿਸੇ ਨੇ ਪੂਰੀ ਕਿਤਾਬ ਪੜ੍ਹੀ ਹੋਵੇ ਤੇ ਤੁਹਾਨੂੰ ਫੋਨ ਕਰਕੇ ਕਿਹਾ ਹੋਵੇ ਕਿ ਬਾਈ ਜੀ ਇਹ ਕਿੱਸਾ ਤਾਂ ਹੋਇਆ ਹੀ ਨਹੀਂ ਸੀ, ਇਹ ਤੁਸੀਂ ਗਲਤ ਲਿਖਿਆ ਜਾਂ ਕੁਛ? ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਈ ਜੀ ਅੱਜ ਤੱਕ। ਅੱਛਾ, ਨਾ ਕਿਸੇ ਨੇ ਵੀ, ਵੈਸੇ ਜੋ ਤੁਹਾਨੂੰ ਦੱਸਿਆ ਫੋਨ ਇਹੀ ਆਉਂਦੇ ਸੀਗੇ ਵੀ ਹਾਂ ਕੀ ਲਿਖਿਆ ਤੂੰ, ਵੀ ਇਹਦਾ ਕੀ ਜਿਹਦਾ ਕੌਣ ਸੀ ਉਹ ਸਿੱਧੂ ਮੂਸੇ ਵਾਲਾ, ਤੂੰ ਕਿਤਾਬਾਂ ਲਿਖਣ ਲੱਗ ਗਿਆ, ਇਦਾਂ ਦੇ ਫੋਨ ਕਾਲ ਬਹੁਤ ਆਉਂਦੇ ਨੇ, ਪਰ ਇਹ ਕੋਈ ਨਹੀਂ ਆਇਆ ਵੀ ਹਾਂ ਤੂੰ ਕਿਤਾਬ ਦੇ ਵਿੱਚ ਕੁਝ ਗਲਤ ਲਿਖਿਆ ਜਾਂ ਤੂੰ ਕਿਉਂ ਲਿਖਿਆ, ਇਦਾਂ ਦੀ ਕੋਈ ਅੱਜ ਤੱਕ ਗੱਲ ਮੈਂ ਨਹੀਂ ਆਈ। ਥੈਂਕ ਯੂ ਮਨਪ੍ਰੀਤ ਸਿੰਘ, ਤੁਸੀਂ ਇਹ ਇਨੀਸ਼ੀਏਟਿਵ ਲਿਆ ਤੇ ਸਪੈਸ਼ਲੀ ਕਿਤਾਬ ਲਿਖੀ, ਕਿਤਾਬ ਦੇ ਵਿੱਚ ਉਹਨਾਂ ਦੀ ਜੀਵਨੀ ਲਿਖੀ ਹੈ, ਹੈ ਨਾ, ਇਹ ਬਹੁਤ ਇੰਪੋਰਟੈਂਟ ਹੈ ਤੇ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਮੈਂ ਹਰ ਕਿਸੇ ਨੂੰ ਇਹ ਅਪੀਲ ਕਰਾਂਗਾ ਵੀ ਤੁਸੀਂ ਕਿਤਾਬਾਂ ਤੋਂ ਵੱਧ ਪੜ੍ਹੋ, ਤੇ ਮੈਂ ਨਾਲੇ ਵੀ ਕਿਹਾ ਹੋਇਆ ਨਾ ਵੀ ਜੇ ਕਿਸੇ ਕੋਲ ਵੀ ਬੇਸ਼ੱਕ ਰੇਟ ਕਿਤਾਬ ਤੇ ਲਿਖਿਆ ਹੋਇਆ, ਕਿਸੇ ਕੋਲ ਪੈਸਾ ਪੇਮੈਂਟ ਨਹੀਂ ਹੈ, ਮੈਂ ਪ੍ਰਿੰਟ ਵੱਧ ਤੋਂ ਵੱਧ ਕਢਾਉਣ ਦੀ ਕੋਸ਼ਿਸ਼ ਕਰਦਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ, ਮੇਰੇ ਲਈ ਕੋਈ ਪੈਸਾ ਮਾਇਨੇ ਨਹੀਂ ਰੱਖਦਾ। ਮੈਂ ਇਹੀ ਚਾਹੁੰਦਾ, ਪਹਿਲਾਂ ਵੀ ਦੱਸਿਆ ਵੀ ਸਿੱਧੂ ਮੂਸੇ ਵਾਲੇ ਦੀ ਸੋਚ ਨੂੰ ਮੈਂ ਘਰ ਘਰ ਤੱਕ ਪਹੁੰਚਾਵਾਂ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਨੂੰ ਮੈਂ ਘਰ ਘਰ ਤੱਕ ਪਹੁੰਚਾਵਾਂ। ਤੇ ਮੈਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਕੱਟੜ ਫੈਨਸ ਦੇ ਲਈ ਇਸ ਤੋਂ ਸੋਹਣਾ ਗਿਫਟ ਕੋਈ ਹੋ ਹੀ ਨਹੀਂ ਸਕਦਾ ਹੈ। ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਹੈ, ਇਹਦੇ ਉੱਤੇ ਸਪੈਸ਼ਲ ਮੈਂ ਲਿਖਾਇਆ ਵੀ ਹੈ ਵੀ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੇ ਲਈ ਹੈ, ਤੇ ਗਿਫਟ ਦੇ ਤੌਰ ਤੇ ਇਹ ਨਾ ਮੈਮ ਤੁਸੀਂ ਇਹ ਲਾ ਲਓ, ਸਿੱਧੂ ਮੂਸੇਵਾਲੇ ਦੇ ਗੀਤ ਵੀ ਨੇ, ਉਹਦੀਆਂ ਕਹੀਆਂ ਗੱਲਾਂ ਵੀ ਨੇ ਜੋ ਅਸੀਂ 10 ਬੰਦਿਆਂ ਤੋਂ ਸੁਣੀਆਂ ਨੇ, ਉਹ ਅਸੀਂ ਕਿਤਾਬ 'ਚ ਇੱਕ ਲੜੀ 'ਚ ਪਰੋ ਕੇ ਪੇਸ਼ ਕਰੀਆਂ ਨੇ ਤਾਂ ਕਿ ਕਿਸੇ ਵੀ ਚਾਹੁਣ ਵਾਲੇ ਨੂੰ ਇੱਕ ਜਗ੍ਹਾ ਮਿਲ ਸਕਣ ਤੇ ਉਹ ਪੜ੍ਹ ਕੇ ਇਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੇ ਆ। ਥੈਂਕ ਯੂ ਸੋ ਮਚ ਸਰ, ਤੁਸੀਂ ਸਪੈਸ਼ਲੀ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਆਏ, ਇੰਨੀਆਂ ਸੋਹਣੀਆਂ ਗੱਲਾਂ ਉਹਨਾਂ ਦੇ ਬਾਰੇ ਤੁਸੀਂ ਸ਼ੇਅਰ ਕੀਤੀਆਂ, ਹੈ ਨਾ, ਅਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਧੰਨਵਾਦ ਤਾਂ ਮੈਮ ਤੁਹਾਡਾ ਜੀ, ਤੁਸੀਂ ਸਮਾਂ ਕੱਢ ਕੇ ਮੈਨੂੰ ਬੁਲਾਇਆ। ਦਰਸ਼ਕਾਂ ਤੋਂ ਮੈਂ ਇਹੀ ਕਹਿਣਾ ਚਾਹਾਂਗਾ ਵੀ ਜੋ ਸਿੱਧੂ ਦੀ ਸੋਚ ਸੀਗੀ ਕਿ ਪੰਜਾਬ ਦੇ ਲਈ, ਸਿੱਧੂ ਮੂਸੇਵਾਲੇ ਨੇ ਪੰਜਾਬ ਨੂੰ, ਪੰਜਾਬੀਅਤ ਨੂੰ ਤੇ ਪੱਗ ਨੂੰ ਕਿੱਥੇ ਤੱਕ ਪਹੁੰਚਾਇਆ, ਹਾਲੀਵੁੱਡ ਤੱਕ ਪਹੁੰਚਾ ਦਿੱਤਾ, ਉਹਨਾਂ ਨੇ ਇੱਕ ਰੁਤਬਾ ਬਖਸ਼ਿਆ, ਸਿੱਧੂ ਮੂਸੇਵਾਲੇ ਦੀ ਸੋਚ 'ਤੇ ਅਸੀਂ ਵੀ ਖੜ ਕੇ ਪਹਿਰਾ ਦਈਏ
अपने लोगों के विचर रहे थे, असी भी अपनी जड़ा नाल अपनी माँ बोली नाल जुड़े रहिए ते माँ बोली की सेवा करिए। थैंक यू सो थैंक मच यू। सर। एसी में नाम मनप्रीत सिंह, मक्खन बैदवान, तुसी देखते रहो तकदीर मीडिया। सत श्री अकाल।